ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਬੱਚਿਆਂ ਦੇ ਕਾਫੀ ਸਾਰੇ ਸਵਾਲ ਸਾਨੂੰ ਆਏ ਨੇ ਜੀ ਫੇਸਬੁੱਕ ਦੇ ਉੱਪਰ, ਸਪੈਸ਼ਲੀ ਕੈਨੇਡਾ ਰਿਫਿਊਜ਼ਡ ਬੱਚੇ, ਘੱਟ ਬੈਂਡ ਵਾਲੇ ਬੱਚੇ, ਘੱਟ ਪਰਸੈਂਟੇਜ ਵਾਲੇ ਬੱਚੇ, ਉਹਨਾਂ ਵਾਸਤੇ ਕਾਫੀ ਸਾਰੇ ਜਵਾਬ ਦੇਣ ਵਾਸਤੇ ਇਸ ਵਕਤ ਸਾਡੇ ਨਾਲ ਪਲਾਨਟ ਬੁਲਸ ਤੋਂ ਜਸਲੀਨ ਨੇ, ਔਰ ਸਪੈਸ਼ਲੀ ਯੂਰਪ ਜਾਣ ਵਾਲੇ ਬੱਚੇ ਨੇ ਪੋਲੈਂਡ ਬਾਰੇ ਵੀ ਕਾਫੀ ਸਾਰੀਆਂ ਡਿਟੇਲ ਦੇ ਵਿੱਚ ਗੱਲਾਂ ਕੀਤੀਆਂ, ਅਗਲੇ ਇਨਟੇਕ ਬਾਰੇ, ਉਹਦੀ ਐਲੀਜੀਬਿਲਟੀਜ਼ ਬਾਰੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਸਲੀਨ, ਸਵਾਗਤ ਹੈ ਸਭ ਤੋਂ ਪਹਿਲਾਂ। ਧੰਨਵਾਦ ਜੀ। ਪਹਿਲਾਂ ਹੀ ਸਵਾਲ ਬੱਚਿਆਂ ਨੇ ਭੇਜਿਆ ਜੀ ਕਿ ਫੋਰ ਐਗਜ਼ਾਮਪਲ 5 ਸਬਜੈਕਟਾਂ ਦੇ ਵਿੱਚੋਂ 3 'ਚ ਕੋਈ ਬੱਚਾ ਵੀਕ ਹੈ, 2 'ਚ ਅੱਛਾ ਹੈਗਾ, ਬਿਲਕੁਲ, ਤੇ ਕੀ ਉਹਦੀ ਜਿਹੜੇ ਚਾਂਸਸ ਨੇ ਉਹ ਬਣਦੇ ਨੇ? ਆ ਜਿਵੇਂ ਯੂਕੇ ਆਸਟ੍ਰੇਲੀਆ ਵਾਂਗੂ 4 ਜਿਹੜੇ ਕੋਰ ਸਬਜੈਕਟ ਨੇ, ਮੇਨ ਸਬਜੈਕਟ ਹੁੰਦੇ ਨੇ, ਉਹ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ 'ਚ ਅੱਛੇ ਨੰਬਰ ਹੋਣੇ ਚਾਹੀਦੇ? ਸਰ ਇਹ ਵੇਖਣਾ ਪਏਗਾ ਕਿ ਬੱਚੇ ਦੇ ਪਲੱਸ ਟੂ ਵਿੱਚ ਕਿਹੜੇ ਸਬਜੈਕਟਸ ਦੇ ਵਿੱਚ ਪਰਸੈਂਟੇਜ ਲੋ ਹੈ, ਬਿਕਾਜ਼ ਜਦੋਂ ਤੁਸੀਂ ਅਪਲਾਈ ਕਰੋਗੇ ਕੈਨੇਡਾ ਦੇ ਵਿੱਚ, ਤੇ ਜਿਹੜੇ ਸਟੂਡੈਂਟ ਸਾਨੂੰ ਮਿਲ ਕੇ ਗਏ ਨੇ, ਜਿਨ੍ਹਾਂ ਸਟੂਡੈਂਟਸ ਨੇ ਵੇਖਿਆ ਹੋਇਆ ਕਿ ਜਦੋਂ ਵੀ ਅਸੀਂ ਕਾਉਂਸਲਿੰਗ ਦਾ ਟਾਈਮ ਹੁੰਦਾ ਤੇ ਸਟੂਡੈਂਟ ਦੇ ਡਾਕੂਮੈਂਟੇਸ਼ਨਸ ਨੂੰ ਪਹਿਲਾਂ ਅਸੈਸ ਕਰਵਾਇਆ ਜਾਂਦਾ, ਜਿਹਦੇ ਵਿੱਚ ਕਿ ਤੁਹਾਡੇ 10th ਦਾ ਸਰਟੀਫਿਕੇਟ, ਪਲੱਸ ਟੂ ਦਾ ਸਰਟੀਫਿਕੇਟ ਕਾਲਜ 'ਚ ਸੈਂਡ ਕੀਤਾ ਜਾਂਦਾ, ਜਾਂ ਤੁਸੀਂ ਅੱਗੇ ਜਿਹੜੀ ਸਟੱਡੀ ਕੀਤੀ ਹੋਈ ਹੈ, ਡਿਗਰੀ ਕੀਤੀ ਹੋਈ ਹੈ, ਉਹਨਾਂ ਡਾਕੂਮੈਂਟਸ ਦੀ ਜਿਹੜੀ ਕਾਪੀ ਆ ਉਹ ਕਾਲਜ ਦੇ ਵਿੱਚ ਸਕੈਨ ਕਾਪੀ ਸੈਂਡ ਕੀਤੀ ਜਾਂਦੀ ਹੈ, ਦੈਨ ਐਡਮਿਸ਼ਨ ਆਫਿਸਰ ਨਾਲ ਗੱਲ ਹੁੰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਅਸੀਂ ਕੋਰਸਿਸ ਦੀ ਚੋਇਸ ਦੱਸ ਦਿੰਦੇ, ਤੁਸੀਂ ਇਹਨਾਂ ਕੋਰਸਿਸ ਦੇ ਵਿੱਚ ਜਾ ਸਕਦੇ ਹੋ। ਕਿਤਨਾ ਹੀ ਤਾਂ ਸਾਡਾ ਵੀ ਐਕਸਪੀਰੀਅੰਸ ਹੁੰਦਾ ਹੈ, ਬਟ ਅਸੀਂ ਫਿਰ ਵੀ ਕਾਲਜ ਨਾਲ ਡਿਸਕਸ ਕਰਕੇ ਇੱਕ ਜਿਹੜਾ ਫਾਈਨਲ ਹੁੰਦਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਹਾਂਜੀ ਤੁਸੀਂ ਇਹਨਾਂ ਕੋਰਸਿਸ ਵਿੱਚ ਜਾ ਸਕੋਗੇ। ਕਿਤੇ ਨਾ ਕਿਤੇ ਕਈ ਵਾਰ ਹੁੰਦਾ ਕਿ ਬੱਚਿਆਂ ਦੇ ਅਗਰ ਪਰਸੈਂਟੇਜ ਵੀ ਲੋ ਹੈ ਤੇ ਉਸ ਤੋਂ ਰਿਲੇਟਡ ਵੀ ਕੁਝ ਕੋਰਸਿਸ ਹੁੰਦੇ ਨੇ ਜਿਹੜੇ ਤੁਸੀਂ ਕਰ ਸਕਦੇ ਹੋ, ਜਿਵੇਂ ਕਿ ਆਰਟ ਸਟੂਡੈਂਟ ਹੈ ਤਾਂ ਉਹ ਅਰਲੀ ਚਾਈਲਡਹੁੱਡ ਦੇ ਕੋਰਸ ਵਿੱਚ ਜਾ ਸਕਦਾ, ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੀਕਟਿਵ ਦੇ ਕੋਰਸ ਦੇ ਵਿੱਚ ਜਾ ਸਕਦਾ, ਤੇ ਉਹਨੂੰ ਆਪਸ਼ਨਸ ਕੀ ਮਿਲ ਰਹੀਆਂ ਨੇ ਉਹ ਕਾਫੀ ਵਧੀਆ ਤਰੀਕੇ ਨਾਲ ਸਟੂਡੈਂਟ ਨੂੰ ਉਸ ਟਾਈਮ 'ਤੇ ਜਦੋਂ ਉਹ ਮਿਲਦਾ, ਟੇਬਲ ਟਾਕ ਹੁੰਦੀ ਹੈ ਉਸ ਸਮੇਂ ਦੱਸਿਆ ਜਾਂਦਾ। ਦੇਖਿਓ ਜਸਲੀਨ, 2 ਲੈਂਗੁਏਜ ਲਾਜ਼ਮੀ ਹੋਣਾ ਜ਼ਰੂਰੀ ਹੈ। ਹਰਿਆਣਾ ਵਾਲਿਆਂ ਕੋਲ ਹਿੰਦੀ ਇੰਗਲਿਸ਼ ਹੋ ਜਾਂਦੀ ਹੈ, ਪੰਜਾਬੀ ਵਾਲਿਆਂ ਕੋਲ, ਪੰਜਾਬ ਬੋਰਡ ਵਾਲਿਆਂ ਕੋਲ ਜਿਹੜੀ ਪੰਜਾਬੀ ਔਰ ਇੰਗਲਿਸ਼ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਇਹਨਾਂ ਦੇ ਵਿੱਚ ਨੰਬਰ ਘਟਣ ਵਧਣ ਦਾ ਵੀ ਕਿਹੜਾ 'ਚ ਕੋਈ ਇਫੈਕਟ ਪੈਂਦਾ? ਫੋਰ ਐਗਜ਼ਾਮਪਲ ਬੱਚੇ ਦੇ 5.5 ਬੈਂਡ ਨੇ, ਜਾਂ ਕੋਈ 6 ਵਾਲਾ ਬੱਚਾ ਹੈ ਔਰ ਇੰਗਲਿਸ਼ 'ਚ 45% ਨੇ, ਜਾਂ ਬੱਚੇ ਦੇ ਬੈਂਡ ਜਿਹੜੇ ਨੇ ਬਹੁਤ ਘੱਟ ਨੇ, 5% ਨੇ, 5.5 ਬੈਂਡ ਨੇ, ਔਰ ਉੱਧਰ 75% ਇੰਗਲਿਸ਼ ਦੇ ਵਿੱਚ ਨੇ। ਜਿਵੇਂ ਆਸਟ੍ਰੇਲੀਆ ਦੇਖਦਾ ਕਿ ਬੈਲੈਂਸ ਹੋਣਾ ਜ਼ਰੂਰੀ ਹੈ, ਬਿਲਕੁਲ ਬਿਲਕੁਲ, ਵੀ 60% 6 ਬੈਂਡ ਇੱਕ ਬੈਲੈਂਸ ਬਣਦਾ ਆਪਸ ਦੇ ਵਿੱਚ, ਕਿ ਬੱਚੇ ਨੂੰ ਜਿੰਨੀ ਇੰਗਲਿਸ਼ ਅਕੈਡਮਿਕ 'ਚ ਆਉਂਦੀ ਹੈ ਉਨੀ ਆਇਲਟਸ ਦੇ ਵਿੱਚ ਆਉਂਦੀ ਹੈ, ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ। ਦੇਖੋ ਅਗਰ ਅਸੀਂ ਟੈਕਨੀਕਲ ਦੇਖਦੇ ਹਾਂ ਤੇ ਜਿਨ੍ਹਾਂ ਬੱਚਿਆਂ ਦੀ ਇੰਗਲਿਸ਼ ਦੇ ਵਿੱਚ ਪਰਸੈਂਟੇਜ 75% ਹੋਏਗੀ, ਉਹ ਸਟੂਡੈਂਟ ਦੇ ਜੋ ਬੈਂਡਸ ਨੇ ਉਹ ਵਧੀਆ ਹੋਣਗੇ, ਇਨਕਰੀਜ਼ ਜਿਹੜੇ ਬੈਂਡਸ ਹੈਗੇ ਨੇ ਉਹ ਆਈਲੈਸ ਬੈਂਡ ਆਟੋਮੈਟਿਕਲੀ ਅੱਛੇ ਹੋਣਗੇ ਉਹਦੇ। ਜਿੱਥੇ ਸਟੂਡੈਂਟ ਦੇ ਇੰਗਲਿਸ਼ ਦੀ ਪਰਸੈਂਟੇਜ ਲੋ ਹੈ ਉੱਥੇ ਸਟੂਡੈਂਟ ਸੋਚਦਾ ਕਿ ਮੇਰੇ ਇੰਗਲਿਸ਼ ਪਲੱਸ ਟੂ 'ਚ ਤਾਂ ਇੰਨੇ ਮਾਰਕਸ ਹੋ ਗਏ ਨੇ, ਹੁਣ ਮੈਂ ਬਾਹਰ ਜਾਣ ਲਈ ਸੋਚ ਰਿਹਾ ਤਾਂ ਮੈਂ ਆਪਣੀ ਇੰਗਲਿਸ਼ ਪ੍ਰੈਕਟਿਸ ਕਰ ਲਾਂ, ਅਤੇ 3-4 ਮਹੀਨੇ ਦੀ ਪ੍ਰੈਕਟਿਸ ਤੋਂ ਬਾਅਦ ਜਦੋਂ ਆਈਲੈਸ ਦਿੰਦਾ ਤਾਂ ਉਹਨਾਂ ਦੇ ਅਗਰ ਬੈਂਡ ਹੋਰ ਵਧੀਆ ਆਉਂਦੇ ਨੇ, ਜੇ 6 ਬੈਂਡ ਆ ਗਏ ਨੇ ਜਾਂ 5.5 ਬੈਂਡ ਆ ਗਏ ਨੇ ਪਰ ਪਰਸੈਂਟੇਜ ਲੋ ਸੀ, ਤਾਂ ਉਹਦਾ ਜਿਹੜਾ ਇਫੈਕਟ ਆ ਉਹ ਵਧੀਆ ਰਹਿੰਦਾ। ਜਿਹੜਾ ESL ਲੱਗ ਕੇ ਪਹਿਲਾਂ ਚਲੇ ਜਾਂਦੇ ਸੀ, ਹੁਣ ਤੱਕ ਘੱਟ ਜਾ ਰਹੇ ਨੇ ਬੱਚੇ ESL ਵਾਲੇ, ਜਿਹੜੇ ਬੈਂਡ ਵੀਕ ਨੇ, ਬੈਂਡ ਘੱਟ ਨੇ, ਉਹਨਾਂ ਨੂੰ ESL ਲੱਗਦਾ ਸੀ ਜਾਂ ਪਰਸੈਂਟੇਜ ਘੱਟ ਵਾਲੇ ਨੂੰ ਲੱਗਦਾ ਸੀ? ਸਰ ਅਗਰ ਅਸੀਂ ESL ਨੂੰ ਵੇਖੀਏ, ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਟਾਈਮ ਤੋਂ ਜਨਰਲ ਕੈਟਾਗਰੀ ਵਿੱਚ ਸਟੂਡੈਂਟਸ ਜਾ ਰਹੇ ਨੇ। 5.5 ਨਾਲ ਜਿਹੜੇ ਬੱਚੇ ਜਾ ਚੁੱਕੇ ਨੇ ਆਲਰੇਡੀ, ਜਿਨ੍ਹਾਂ ਨੂੰ 3-3, 4-4 ਸਾਲ ਹੋ ਚੁੱਕੇ ਨੇ, ਉੱਥੇ ਕੈਨੇਡਾ ਗਵਰਨਮੈਂਟ ਨੂੰ ਵੀ ਐਕਸਪੀਰੀਅੰਸ ਹੋ ਚੁੱਕਿਆ ਕਿ 5.5 ਵਾਲਾ ਬੱਚਾ ਵੀ ਇੱਥੇ ਆ ਕੇ ਕਾਮਯਾਬ ਹੋ ਰਿਹਾ, ਉਹ ਸਟੂਡੈਂਟ ਵੀ ਵਧੀਆ ਕਲਾਸਿਸ ਆਪਣੀ ਲਾ ਰਿਹਾ, ਰੂਲ ਰੈਗੂਲੇਸ਼ਨ ਨਾਲ ਲਾ ਰਿਹਾ ਅਤੇ ਆਪਣੀ ਕਲਾਸਿਸ ਨੂੰ ਕਲੀਅਰ ਵੀ ਕਰ ਰਿਹਾ ਸਟੱਡੀ ਨੂੰ, ਅਤੇ ਉਸ ਐਕਸਪੀਰੀਅੰਸ ਦੇ ਨਾਲ ਹੀ ਜਿਹੜਾ ਕਿ ਹੁਣ ਤੱਕ ਜਨਰਲ ਕੈਟਾਗਰੀਜ਼ ਵਿੱਚ ਸਟੂਡੈਂਟਸ 5.5 ਨਾਲ ਜਾ ਰਹੇ ਨੇ ਔਰ ਫਾਈਲਾਂ ਅਸੈਪਟ ਕੀਤੀਆਂ ਜਾ ਰਹੀਆਂ ਨੇ। ਰਿਸਪੋਂਸ ਜਦੋਂ ਪੋਜ਼ਿਟਿਵ ਆਇਆ ਤਾਂ ਉਸ ਐਕਸਪੀਰੀਅੰਸ ਦੇ ਨਾਲ ਵੀ ਹੁਣ ਵੀ 5.5 ਨਾਲ ਸਟੂਡੈਂਟ ਜਿਹੜਾ ਕਿ ਅਪਲਾਈ ਕਰ ਸਕਦੇ ਨੇ, ਬਿਕਾਜ਼ 5.5 ਵਾਲਾ ਬੱਚਾ ਇੰਗਲਿਸ਼ ਦੇ ਵਿੱਚ ਕੈਨੇਡਾ ਜਾ ਕੇ ਸਟੱਡੀ ਕਰ ਸਕਦਾ ਹੈ। ਜੀ ਜਸਲੀਨ, ਜਿਹੜੀ ਜਰਨਲ ਦੀਆਂ ਤੁਸੀਂ ਫਾਈਲਾਂ ਚੱਕਦੇ ਹੋ, ਭੇਜਦੇ ਹੋ ਅੰਬੈਸੀ ਦੇ ਵਿੱਚ, ਕੀ ਉਹਨਾਂ 'ਚ ਪੀਟੀ ਵੀ ਐਕਸੈਪਟ ਹੋ ਜਾਂਦੀ ਹੈ? ਨਹੀਂ, ਇੱਥੇ ਇਸ ਟਾਈਮ 'ਤੇ ਅਸੀਂ ਬੱਚਿਆਂ ਨੂੰ ਕਹਿ ਰਹੇ ਹਾਂ ਸਿਰਫ ਤੁਸੀਂ ਆਈਲੈਸ ਕਰੋ ਅਤੇ 5.5 ਬੈਂਡ ਲਓ ਅਤੇ 5.5 ਆਈਲੈਸ ਬੈਂਡ ਦੇ ਨਾਲ ਹੀ ਸਕੋਰ ਕਾਰਡ ਨਾਲ ਹੀ ਤੁਹਾਡਾ ਜਨਰਲ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਜਾਏਗਾ। ਅਤੇ ਸਟੂਡੈਂਟਸ ਨੂੰ ਜਿਵੇਂ ਕਿ ESL ਹੈ, ESL ਬਹੁਤ ਘੱਟ ਸਟੂਡੈਂਟ ਨੂੰ ਲੱਗਦਾ, ਜਿੱਥੇ ਲੱਗਦਾ ਕਿ ਹਾਂਜੀ ਬੱਚਿਆਂ ਦੀ ਇੰਗਲਿਸ਼ ਦੀ ਪਰਸੈਂਟੇਜ ਬਹੁਤ ਲੋ ਆਈ ਅਤੇ ਬੈਂਡਸ ਵੀ ਜਿਹੜੇ ਕਿ 5.5 ਨੇ, ਉੱਥੇ ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਹਾਂਜੀ ਇਹਨਾਂ ਦਾ ਜਿਹੜਾ ਕੋਰਸ ਹੈ ਉਸ ਦੇ ਅਕੋਰਡਿੰਗ ਇਹਨਾਂ ਨੂੰ ਇੰਗਲਿਸ਼ ESL ਕੋਰਸ ਲਾਉਣਾ ਚਾਹੀਦਾ, ਅਤੇ ਕਾਲਜ ਡਿਸਾਈਡ ਕਰਦਾ ਜਿਹਦੇ ਵਿੱਚ ਚਾਂਸਿਸ ਬਹੁਤ ਘੱਟ ਨੇ ਕਿ 100 ਵਿੱਚੋਂ 10% ਬੱਚਿਆਂ ਨੂੰ ਜਿਹੜਾ ESL ਲੱਗਦਾ। ਅਤੇ ESL ਦੇ ਵਿੱਚ ਵੀ ਅਗਰ ਅਸੀਂ ਵੇਖੀਏ ਤਾਂ ਅਗਰ ਜਿਹਨਾਂ ਸਟੂਡੈਂਟ ਨੂੰ ਲੱਗਿਆ, ਮੈਂ ਉਹਨਾਂ ਨੂੰ ਕਹੂੰਗੀ ਉਹਨਾਂ ਲਈ ਵੀ ਬੈਨੀਫਿਟ ਰਹਿੰਦਾ, ਬਿਕਾਜ਼ ਉੱਥੇ ਜਾ ਕੇ ਜਦੋਂ ਤੁਸੀਂ ESL ਵੀ ਕਰਦੇ ਹੋ ਅਤੇ ਜਦੋਂ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਉਹਦੇ ਨਾਲ ਤੁਹਾਡੀ ਪ੍ਰੈਕਟਿਸ ਹੀ ਫੁੱਲ ਡੇ ਹੁੰਦੀ ਹੈ, ਬਿਕਾਜ਼ ਤੁਸੀਂ ਉੱਥੇ ਗੱਲ ਹੀ ਇੰਗਲਿਸ਼ ਦੇ ਵਿੱਚ ਕਰ ਰਹੇ ਹੁੰਦੇ ਹੋ, ਤੁਸੀਂ ਕੁਛ ਵੀ ਲੈਣਾ ਛੋਟੇ ਤੋਂ ਛੋਟਾ ਕੰਮ, ਸਟੱਡੀ ਤੋਂ ਲੈ ਕੇ ਫਰੈਂਡਸ ਨਾਲ ਜੋ ਵੀ ਗੱਲਬਾਤ ਕਰ ਰਹੇ ਹੋ ਤੁਹਾਡੀ ਇੰਗਲਿਸ਼ ਦੇ ਵਿੱਚ ਹੁੰਦੀ ਹੈ ਅਤੇ ਉਹ ਨਾਲ ਪ੍ਰੈਕਟਿਸ ਵੀ ਹੁੰਦੀ ਹੈ, ਅਤੇ ਇੱਥੇ ਟਾਈਮ
ਉਧਰ ਉਹਨਾਂ ਵੱਲੋਂ ਕੋਈ ਕੰਡੀਸ਼ਨ ਹੋਵੇ ਯੂਨੀਵਰਸਿਟੀ ਕਾਲਜ ਵੱਲੋਂ ਕਿ ਤੁਹਾਨੂੰ ਅਸੀਂ ਵੀਜ਼ਾ ਜਾਂ ਐਡਮਿਸ਼ਨ ਤਾਂ ਦੇਵਾਂਗੇ ਜੇ ਤੁਸੀਂ ਮੈਥ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੋਗੇ, ਇਹ ਵੀ ਕੁਝ ਸ਼ਰਤਾਂ ਹੈ ਸਰ? ਜਿਵੇਂ ਅਗਰ ਤੁਸੀਂ ਕੈਨੇਡਾ ਵਿੱਚ ਦੇਖਦੇ ਹੋ, ਜਿਵੇਂ ਅਲੱਗ ਅਲੱਗ ਪ੍ਰੋਵੀਜ਼ਨ ਦੀ ਗੱਲ ਕਰੀਏ ਅਸੀਂ, ਜਿਵੇਂ ਟੋਰੋਂਟੋ, ਵੈਨਕੂਵਰ ਜਾਂ ਸਿਟੀ ਆਫ ਲੰਡਨ, ਹਰ ਸਿਟੀ ਦੀ ਇੱਕ ਆਪਣੀ ਰਿਕੁਆਇਰਮੈਂਟਸ ਹੈਗੀਆਂ ਨੇ, ਕਾਲਜਿਸ ਦੇ ਰੂਲਸ ਵੀ ਉਸ ਅਕੋਰਡਿੰਗ ਸਟ੍ਰਿਕਟ ਹੈਗੇ ਨੇ। ਕੁਛ ਜਿਹੜੇ ਸਿਟੀਜ਼ ਨੇ ਉੱਥੇ ਆਈਲੈਟਸ ਰਿਕੁਆਇਰਮੈਂਟ ਹੀ 6.5 ਜਾਂ 6 ਮੰਗੀ ਗਈ ਹੈ। ਅਤੇ ਇਸੇ ਤਰ੍ਹਾਂ ਨਾਲ ਅਗਰ ਅਸੀਂ ਮੈਥਸ ਦੀ ਗੱਲ ਕਰੀਏ ਤਾਂ ਮੈਥਸ ਵੀ ਐਵੇਂ ਕੁਛ ਕਾਲਜਿਸ ਦੇ ਵਿੱਚ ਹੈ ਕਿ ਕੁਛ ਕਾਲਜਿਸ 60% ਤੋਂ ਅਬਵ ਮੰਗੇ ਗਏ ਨੇ, ਕੁਛ ਵਿੱਚ ਰਿਕੁਆਇਰਮੈਂਟ ਸਿਰਫ ਮੈਥਸ ਹੋਣਾ ਚਾਹੀਦਾ, ਅਤੇ ਕੁਛ ਕਾਲਜਿਸ ਜਿਹੜੇ ਮੈਥਸ ਤੋਂ ਬਿਨਾਂ ਵੀ ਤੁਹਾਨੂੰ ਕੋਰਸਿਸ ਪ੍ਰੋਵਾਈਡ ਕਰ ਰਹੇ ਨੇ। ਅਤੇ ਇਹ ਪ੍ਰੋਫਾਈਲ ਟੂ ਪ੍ਰੋਫਾਈਲ ਵੈਰੀ ਕਰਦਾ ਕਿ ਤੁਹਾਡਾ ਪ੍ਰੋਫਾਈਲ ਕੀ ਹੈ, ਉਸ ਅਕੋਰਡਿੰਗ ਤੁਹਾਨੂੰ ਅੱਗੇ ਦੱਸਿਆ ਜਾਂਦਾ। ਆਈਲੈਟਸ ਜੋ ਹੈ ਕਿ ਆਈਲੈਟਸ ਤਾਂ ਤੁਸੀਂ ਜਿਵੇਂ ਕਰ ਰਹੇ ਹੋ ਉਹਦੀ ਉਹ ਤਾਂ ਵਧੀਆ ਗੱਲ ਹੈ, ਤੁਹਾਡੇ ਬੈਂਡਸ ਅਗਰ 5.5 ਹੈਗੇ ਨੇ, ਸਿਰਫ ਆਈਲੈਟਸ ਹੀ ਨਹੀਂ ਡਿਪੈਂਡ ਕਰਦਾ ਤੁਹਾਡੇ ਵੀਜ਼ੇ 'ਤੇ, ਤੁਹਾਨੂੰ ਹੋਰ ਵੀ ਡਾਕੂਮੈਂਟੇਸ਼ਨਸ ਵੇਖਣੇ ਪੈਂਦੇ ਨੇ ਕਿ ਜਨਰਲ ਕੈਟੇਗਰੀ ਦੇ ਵਿੱਚ ਜਿਹੜੇ ਡਾਕੂਮੈਂਟੇਸ਼ਨਸ ਹੈਗੇ ਨੇ ਉਹਦੇ ਵਿੱਚ ਕਾਫੀ ਗੱਲਾਂ ਧਿਆਨ ਰੱਖਣਾ ਪੈਂਦਾ। ਇੱਕ ਟੈਕਨੀਕ ਨਾਲ ਜਿਹੜੀ ਫਾਈਲ ਲੱਗਦੀ, ਟੈਕਨੀਕਲ ਤਰੀਕੇ ਨਾਲ ਤੁਹਾਡੀ ਫਾਈਲ ਲੱਗਦੀ ਹੈ ਕਿ ਹਰ ਇੱਕ ਡਾਕੂਮੈਂਟ ਦੀ ਇੱਕ ਰਿਕੁਆਇਰਮੈਂਟ ਜਿਹੜੀ ਹੈਗੀ ਆ ਉਹ ਜ਼ਰੂਰੀ ਹੈ। ਅਤੇ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਹਾਂਜੀ ਜਨਰਲ ਵਿੱਚ ਅਪਲਾਈ ਤੁਹਾਡਾ ਹੋ ਰਿਹਾ, ਤੁਹਾਨੂੰ ਇੱਕ ਆਪਸ਼ਨ ਵੀ ਮਿਲਦੀ ਹੈ SOP, ਸਟੇਟਮੈਂਟ ਆਫ ਪਰਪਸ, ਜਿਹਦੇ ਰਾਹੀਂ ਤੁਸੀਂ ਆਪਣੀ ਪੂਰੀ ਪ੍ਰੀਵੀਅਸ ਡਿਟੇਲ ਦੱਸ ਸਕਦੇ ਹੋ। ਅਗਰ ਕਿਸੇ ਸਟੂਡੈਂਟ ਦਾ ਰਿਫਿਊਜ਼ਲ ਆਇਆ, ਕਾਰਨ ਕੀ ਸੀ, ਉਹ ਵੀ ਦੱਸ ਸਕਦਾ। ਅਤੇ ਇਸੇ ਤਰੀਕੇ ਨਾਲ ਮੈਂ ਹੁੰਦੀ ਤੁਹਾਨੂੰ ਗੱਲ ਦੱਸ ਰਹੀ ਹਾਂ ਨੀਅਰੈਸਟ, ਜਿਵੇਂ ਮੈਂ ਕੱਲ੍ਹ ਇੱਕ ਸਟੂਡੈਂਟ ਨੂੰ ਮਿਲੀ ਸੀਗੀ ਆਫਿਸ ਦੇ ਵਿੱਚ, ਅਤੇ ਸਟੂਡੈਂਟ ਦੇ ਜਿਹੜੇ ਮਦਰ ਸੀਗੇ ਉਹ ਕਹਿ ਰਹੇ ਸੀ ਕਿ ਅਸੀਂ ਅਗਰ ਆਸਟ੍ਰੇਲੀਆ ਦੀ ਰਿਫਿਊਜ਼ਲ ਨਾ ਸ਼ੋ ਕਰੀਏ ਤਾਂ ਵਧੀਆ ਰਹੇਗਾ ਕੇਸ। ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਨਹੀਂ, ਇਹ ਬਹੁਤ ਗਲਤ ਹੋਏਗਾ, ਬਿਕਾਜ਼ ਚਾਹੇ ਕੰਟਰੀ ਕੋਈ ਵੀ ਹੋਏ, ਇਹ ਨਹੀਂ ਕਿ ਕੈਨੇਡਾ ਦੀ ਰਿਫਿਊਜ਼ਲ ਆਈ ਹੈ ਤਾਂ ਤੁਸੀਂ ਸ਼ੋ ਕਰਨੀ ਹੈ, ਕਿਸੇ ਵੀ ਕੰਟਰੀ ਦੀ ਰਿਫਿਊਜ਼ਲ ਆਈ ਹੈ ਤੁਸੀਂ ਜ਼ਰੂਰ ਸ਼ੋ ਕਰਨੀ ਹੈ, ਕਿਤੇ ਹਾਈਡ ਨਹੀਂ ਕਰਨਾ, ਬਿਕਾਜ਼ ਇਸ ਰੀਜ਼ਨ ਕਰਕੇ ਤੁਸੀਂ ਅਨਜਨੂਨ ਸ਼ੋ ਹੋ ਸਕਦੇ ਹੋ। ਕਿਤੇ ਵੀ ਕੋਈ ਡਿਟੇਲ ਬਿਲਕੁਲ ਨਹੀਂ ਲੁਕਾਉਣੀ ਹੈ, ਜੋ ਵੀ ਡਿਟੇਲਸ ਹੈਗੀ ਆ ਉਹਨੂੰ ਕਲੀਅਰ ਦੱਸਣਾ ਹੈ। ਤਰੀਕਾ ਹੋਏਗਾ ਵੀ ਹਾਂਜੀ ਤੁਸੀਂ ਅਗਰ ਕੁਛ ਸ਼ੋ ਕਰ ਰਹੇ ਹੋ SOP ਦੇ ਵਿੱਚ, ਉਹ ਕਿਵੇਂ ਪਟੈਂਡ ਕਰ ਰਹੇ ਹੋ ਜੀ। ਇੱਕ ਬੱਚੇ ਨੂੰ ਜਾਂ ਮਾਂ ਪਿਓ ਨੂੰ ਮੇਰਾ ਸਵਾਲ ਹੈ, ਤੁਸੀਂ ਇਹ ਸਵਾਲ ਕੰਸਲਟੈਂਟਸ ਨੂੰ ਜਾ ਕੇ ਕਿਉਂ ਕਰਦੇ ਹੋ ਕਿ ਅਸੀਂ ਹਾਈਡ ਕਰ ਲਈਏ? ਗਲਤ ਹੈ, ਬਿਲਕੁਲ ਤੁਸੀਂ ਸ਼ੋ ਕਰਦੇ ਹੋ, ਤੁਸੀਂ ਜੈਨੂਅਨ ਹੋ, ਤੁਸੀਂ ਨਹੀਂ ਕਰਦੇ, ਤੁਸੀਂ ਕ੍ਰਾਈਮ ਕਰ ਰਹੇ ਹੋ, ਗਲਤੀ ਕਰ ਰਹੇ ਹੋ, ਆਪਣੇ ਆਪ ਨੂੰ ਦੋਸ਼ੀ ਸਾਬਤ ਕਿਉਂ ਕਰਦੇ ਹੋ? ਪਲੀਜ਼, ਜੇ ਤੁਹਾਡੇ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਫੋਰਮ ਦੇ ਵਿੱਚ ਹੋ ਗਈ ਹੈ, ਰਿਜੈਕਸ਼ਨਸ ਆ ਗਈ ਹੈ, ਸਪਲੀ ਆ ਗਈ ਹੈ, ਉਹਨੂੰ ਦੱਸੋ। ਅੰਬੈਸੀਆਂ ਸੱਚਾਈ ਸੁਣਨੀਆਂ ਚਾਹੁੰਦੀਆਂ ਔਰ ਵੀਜ਼ਾ ਦੇਣਾ ਚਾਹੁੰਦੀਆਂ। ਜਦੋਂ ਅਸੀਂ ਕੁਝ ਲੁਕਾਉਂਦੇ ਹਾਂ ਉਦੋਂ ਸਾਡੇ ਉੱਪਰ ਬੈਨ ਲੱਗਦੇ ਨੇ ਜਾਂ ਫਰੋਡੂਲੈਂਟ ਡਾਕੂਮੈਂਟ ਲੱਗਦੇ ਨੇ। ਇਸ ਚੀਜ਼ ਤੋਂ ਬਚੋ। ਕਿਸੇ ਵੀ ਅੰਬੈਸੀ ਦੇ ਵਿੱਚ ਕਾਨੂੰਨ ਨਹੀਂ ਲਿਖਿਆ ਹੋਇਆ ਕਿ ਤੁਹਾਡੀ ਰਿਜੈਕਸ਼ਨ ਆ ਗਈ ਇਸ ਕਰਕੇ ਤੁਹਾਨੂੰ ਕੈਨੇਡਾ ਵੀ ਵੀਜ਼ਾ ਨਹੀਂ ਦਊਗਾ ਜੀ, ਨਿਊਜ਼ੀਲੈਂਡ ਤੋਂ ਰਿਜੈਕਸ਼ਨ ਆ ਗਈ, ਆਸਟ੍ਰੇਲੀਆ ਵੀਜ਼ਾ ਨਹੀਂ ਦਊਗਾ। ਇੱਕ ਦੇਸ਼ ਤੋਂ ਦੂਜੇ 'ਚ ਜਦੋਂ ਤੁਸੀਂ ਜਾਂਦੇ ਹੋ, ਹਰ ਇੱਕ ਦੀਆਂ ਆਪਣੀਆਂ ਆਪਣੀਆਂ ਪੋਲਿਸੀਜ਼ ਨੇ, ਬਟ ਜਦੋਂ ਤੁਸੀਂ ਲੁਕਾਉਂਦੇ ਹੋ ਫਿਰ ਤੁਸੀਂ ਦੋਸ਼ੀ ਸਾਬਤ ਹੋ ਜਾਂਦੇ ਹੋ। ਇਸ ਲਈ ਜਿਹੜੇ ਡਾਇਰੈਕਟ ਜਿਹੜੇ ਬੱਚੇ ਜਨਰਲ ਕੈਟਾਗਰੀ 'ਚ ਜਾਂਦੇ ਨੇ, ਜਿਹੜਾ ਤਾਂ SPP ਤੋਂ ਰਿਜੈਕਟ ਹੋ ਕੇ ਜਾਂਦੇ ਨੇ, ਉਹਨਾਂ ਤਾਂ ਫੰਡਾਂ ਦੀ ਜ਼ਰੂਰਤ ਨਹੀਂ, GIC ਜਿਹੜਾ ਐਕਸੈਪਟ ਹੋ ਜਾਂਦਾ ਹੈਗਾ। ਜਿਨ੍ਹਾਂ ਨੂੰ ਇੱਧਰ ਅਸੀਂ ਸਪੈਸ਼ਲ ਡਾਇਰੈਕਟ ਫਰੈਸ਼ਰਸ ਕੇਸਾਂ ਨੂੰ ਪਾਉਂਦੇ ਹਾਂ ਜਨਰਲ ਕੈਟਾਗਰੀ ਦੇ ਵਿੱਚ, ਉਹਨਾਂ ਨੂੰ ਫੰਡ ਕਿਸ ਤਰੀਕੇ ਨਾਲ ਸ਼ੋਅ ਕਰਨੇ? ਬੱਚੇ ਨੇ ਸਵਾਲ ਪੁੱਛਿਆ। ਹਾਂਜੀ ਬਿਲਕੁਲ, ਜਿਹੜੇ ਫੰਡਸ ਹੈਗੇ ਨੇ ਉਹ ਤੁਸੀਂ ਆਪਣਾ 12 ਤੋਂ 13 ਲੱਖ ਰੁਪਏ ਸ਼ੋਅ ਕਰਨੇ ਪੈਂਦੇ ਨੇ ਮਿਨੀਮਮ। 12 ਤੋਂ 13 ਕਿੰਨੇ ਪੁਰਾਣੇ? ਬਿਲਕੁਲ, ਇਹ ਤੁਹਾਡੇ ਜਿਹੜੇ ਪੁਰਾਣੇ ਅਕਾਊਂਟ ਜਿਹੜਾ 6 ਮੰਥ ਓਲਡ ਹੋਣਾ ਚਾਹੀਦਾ। ਨਹੀਂ, ਓਲਡ 6 ਮੰਥ ਹੋਵੇ, ਬੈਂਕ 'ਚ ਪੈਸੇ ਵੀ 12 ਪੈਸਾ ਵੀ ਪੁਰਾਣਾ ਹੋਣਾ ਚਾਹੀਦਾ। ਬਿਕਾਜ਼ ਦੇਖੋ, ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਕੱਲ੍ਹ ਅਪਲਾਈ ਕਰ ਰਿਹਾ ਅਤੇ ਮੈਂ ਅੱਜ ਇਕੱਠਾ 12 ਲੱਖ ਰੁਪਏ ਪਵਾ ਰਿਹਾ, ਤਾਂ ਉਹਦਾ ਐਵੀਡੈਂਸ ਕੀ ਹੈ? ਕਿੱਥੋਂ ਆਇਆ ਉਹ 12 ਲੱਖ ਰੁਪਿਆ? ਦੂਜੀ ਗੱਲ ਹੈ, ਤੁਸੀਂ ਕੋਈ ਵੀ ਅਮਾਊਂਟ ਪਵਾ ਰਹੇ ਹੋ, ਕੋਈ ਵੀ ਜਿਹੜੀ ਅਮਾਊਂਟ ਹੈ ਉਹਦਾ ਪਰੂਫ ਹੁੰਦਾ। ਤੁਸੀਂ ਕੋਈ ਪ੍ਰੋਪਰਟੀ ਸੇਲ ਕਰ ਰਹੇ ਹੋ, ਤੁਹਾਡੇ ਕੋਲ ਇੱਕ ਸੇਲ ਡੀਡ ਹੋਏਗੀ, ਤੁਸੀਂ ਅਗਰ ਕੋਈ ਰੈਂਟ ਲੈ ਰਹੇ ਹੋ ਕਿਸੇ ਤੋਂ, ਰੈਂਟ ਦਾ ਕੁਝ ਐਗਰੀਮੈਂਟ ਹੋਏਗਾ, ਜਾਂ ਤੁਸੀਂ ਕਿਤੇ ਵੀ ਕੋਈ ਡਿਟੇਲਸ ਦਿੰਦੇ ਹੋ, ਕੋਈ ਵੀ ਤੁਸੀਂ ਕੋਈ ਚੀਜ਼ ਸੇਲ ਕਰਦੇ ਹੋ, ਤਾਂ ਕੋਈ ਨਾ ਕੋਈ ਡਾਕੂਮੈਂਟੇਸ਼ਨ ਹੁੰਦਾ ਉਹਦਾ, ਅਤੇ ਉਹ ਤੁਸੀਂ ਡਾਕੂਮੈਂਟ ਜ਼ਰੂਰ ਨਾਲ ਐਵੀਡੈਂਸ ਲਾਣਾ। ਇਹਦੇ ਨਾਲ ਹੀ ਫੰਡ ਜਿਹੜਾ ਹੈ ਤੁਸੀਂ 12 ਤੋਂ 13 ਲੱਖ ਜਾਂ 13 ਤੋਂ 14 ਲੱਖ ਰੁਪਏ ਦਿਖਾਉਂਦੇ ਹੋ, ਬਿਕਾਜ਼ ਇਹ ਆਫਰ ਲੈਟਰ 'ਤੇ ਹੁੰਦਾ ਕਿ ਤੁਹਾਡਾ ਲਿਵਿੰਗ ਐਕਸਪੈਂਸ ਕਿੰਨਾ, ਉਹਨੂੰ ਪਲੱਸ ਕਰਕੇ ਤੁਹਾਨੂੰ ਦੱਸਿਆ ਜਾਂਦਾ ਕਿ ਹਾਂਜੀ ਤੁਹਾਨੂੰ ਇੰਨੇ ਫੰਡ ਸ਼ੋਅ ਕਰਨੇ ਪੈਣਗੇ ਤੁਹਾਡੀ ਫੀਸ ਅਤੇ ਲਿਵਿੰਗ ਐਕਸਪੈਂਸ ਨੂੰ ਕਰਕੇ। ਇਹਦੇ ਨਾਲ ਹੀ ਇਹ ਵੀ ਵੇਖਣਾ ਪੈਂਦਾ ਜਿਹੜੇ ਫੰਡਸ ਹੈਗੇ ਨੇ ਉਹ ਕਾਫੀ ਐਪਲੀਕੈਂਟਸ ਨੂੰ ਵੀ ਪਤਾ ਕਿ ਹਾਂ ਜਿਹੜੇ ਦਾਦਾ ਦਾਦੀ ਦੇ ਫੰਡਸ ਹੈ ਉਹ ਸ਼ੋਅ ਹੋ ਸਕਦੇ ਨੇ। ਕਈ ਵਾਰ ਹੁੰਦਾ ਕਿ ਕਈ ਕਿਸੇ ਦੇ ਦਾਦਾ ਦੀ ਕੋਈ ਗਵਰਨਮੈਂਟ ਜੋਬ ਵਿੱਚ ਹੁੰਦੇ ਨੇ, ਪੈਨਸ਼ਨਰ ਹੁੰਦੇ ਨੇ, ਉਹ ਤੁਸੀਂ ਜ਼ਰੂਰ ਸ਼ੋਅ ਕਰਨਾ। ਕਿਤੇ ਵੀ ਕੋਈ ਵੀ ਡਿਟੇਲਸ ਹੈਗੀਆਂ ਨੇ ਉਹ ਦੱਸਣੀਆਂ ਨੇ, ਕਿਉਂਕਿ ਫਾਈਨੈਂਸ਼ਲੀ ਤੁਸੀਂ ਆਪਣੀ ਫੈਮਿਲੀ ਨੂੰ ਜਿੰਨਾ ਦਿਖਾਉਂਦੇ ਹੋ, ਸਟਰੋਂਗ ਦਿਖਾਉਂਦੇ ਹੋ, ਉਨੀ ਵਧੀਆ ਗੱਲ ਹੈ। ਕਈ ਵਾਰ ਐਪਲੀਕੈਂਟ ਸੋਚਦੇ ਕਿ ਠੀਕ ਹੈ ਸਿਰਫ 13 ਤੋਂ 14 ਲੱਖ ਦਿਖਾਉਣੇ ਆ, ਇਹ ਸਾਡੇ ਕੋਲ ਹੈਗੇ ਨੇ, ਆਹ ਦਿਖਾ ਦਿੰਦੇ ਆ, ਜਦਕਿ ਉਹਨਾਂ ਕੋਲ ਹੋਰ ਫੰਡਸ ਵੀ ਹੁੰਦੇ ਨੇ, FDs ਹੁੰਦੀਆਂ ਨੇ, ਜਾਂ ਫਿਰ ਉਹਨਾਂ ਦੇ ਦਾਦਾ ਦੀ ਫੰਡਸ ਪਏ ਹੁੰਦੇ ਨੇ, ਉਹ ਸ਼ੋਅ ਨਹੀਂ ਕਰਦੇ। ਮੈਂ ਕਹਾਂਗੀ ਜਿੰਨੀ ਵੀ ਅਮਾਊਂਟ ਤੁਹਾਡੇ ਕੋਲ ਹੈਗੀ ਹੈ, ਅਪਰੋਕਸੀਮੇਟਲੀ ਤੁਹਾਡੇ ਕੋਲ ਅਗਰ ਮੰਨ ਲਓ 15-20 ਲੱਖ ਰੁਪਇਆ ਹੈਗਾ ਜਾਂ 20 ਤੋਂ 25 ਲੱਖ ਹੈ, ਤੁਸੀਂ ਜ਼ਰੂਰ ਸ਼ੋਅ ਕਰੋ। ਤੁਹਾਡੇ ਦਾਦਾ ਦੀ ਕੋਈ ਗਵਰਨਮੈਂਟ
ਤੁਸੀਂ ਧਿਆਨ ਰੱਖੋ ਕਿ ਫੰਡ ਜਿਹੜੇ ਹੈਗੇ ਨੇ, ਇੱਕ ਫੰਡਸ ਦਾ ਰੀਜ਼ਨ ਕੀ ਹੈ, ਐਪਲੀਕੈਂਟ ਅਗਰ ਇਸ ਗੱਲ ਨੂੰ ਸਮਝ ਲਏ ਕਿ ਤੁਸੀਂ ਉੱਥੇ ਇੱਕ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਕਰਨ ਜਾ ਰਹੇ ਹੋ, ਤੁਹਾਡੇ ਕੋਲ ਜਿਹੜਾ ਸਟੂਡੈਂਟ ਬੱਚਾ ਹੈਗਾ ਉਹ ਜਾ ਰਿਹਾ, ਉਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਹੋਰ ਬੇਟਾ ਜਾਂ ਬੇਟੀ ਹੈ, ਇੱਕ ਵਰਕ ਕਰ ਰਹੀ ਹੈ ਜਾਂ ਇੱਕ ਜੋਬ ਕਰ ਰਿਹਾ ਜਾਂ ਇੱਕ ਸਟੱਡੀ ਕਰ ਰਿਹਾ, ਉਹ ਇਹ ਵੇਖ ਰਹੇ ਹੁੰਦੇ ਨੇ ਕਿ ਕਿੰਨੇ ਬੱਚੇ ਪੜ੍ਹਨ ਵਾਲੇ ਹੈਗੇ ਨੇ, ਜਿਹੜੀ ਫੈਮਿਲੀ ਆ ਕਿੰਨਾ ਕਮਾ ਲੈਂਦੀ ਹੈ, ਅਤੇ ਜਿਹੜਾ ਸਟੂਡੈਂਟ ਕੈਨੇਡਾ ਆ ਰਿਹਾ ਉਹਦੀ ਫੀਸ ਜਿਹੜੀ ਅੱਗੇ ਅਫੋਰਡ ਕਰ ਪਾਣਗੇ ਕਿ ਨਹੀਂ ਕਰ ਪਾਣਗੇ, ਬਿਕਾਜ਼ ਅਗਰ ਅਫੋਰਡ ਨਹੀਂ ਕਰ ਪਾਣਗੇ ਤਾਂ ਬੱਚਾ ਉੱਥੇ ਜਾ ਕੇ ਕੱਲ੍ਹ ਨੂੰ ਇਲੀਗਲ ਕੰਮ ਕਰੇਗਾ। ਜਸਲੀਨ, ਇੱਕ ਸਵਾਲ ਪੁੱਛੂੰਗਾ, ਅੱਜ ਪੰਜਾਬ ਦੇ ਵਿੱਚ ਮਤਲਬ ਕੋਈ ਪਲੇਟਫਾਰਮ ਨਹੀਂ ਜਿੱਥੇ ਸਾਡੇ ਪੰਜ ਦੀ ਐਡ ਨਹੀਂ ਹੁੰਦੀ, ਪਹਿਲਾਂ ਨਹੀਂ ਸੀ ਹੁੰਦੀ, ਹੁਣ ਸਕਸੈਸ ਹੋਣ ਲੱਗ ਗਏ, ਹਰ ਕੋਈ ਕਰਨ ਲੱਗ ਗਿਆ, 50% ਦੀ ਐਡ ਹੋਣ ਲੱਗ ਗਈ, ਜਰਨਲ ਕੈਟਾਗਰੀ ਦੀ ਐਡ ਹੋਣ ਲੱਗ ਗਈ, ਯੂਨੀਵਰਸਿਟੀ ਦੀ ਐਡ ਹੋਣ ਲੱਗ ਗਈ, ਕਿਊਬਿਕ ਵਰਗੀਆਂ ਜਿਹੜੀਆਂ ਸਟੇਟਸ ਨੇ, ਮੈਨੀਟੋਬਾ ਵਰਗੀਆਂ ਸਟੇਟਸ ਨੇ ਜਿਹੜੀਆਂ, ਉਹਨਾਂ ਦੇ ਵਿੱਚ ਸਪੈਸ਼ਲੀ ਜਿਹੜੇ CAQ ਲੈ ਕੇ ਅਸੀਂ ਜਾਂਦੇ ਹਾਂ ਉੱਥੇ ਉਹਨਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਅੱਜ, ਕਿ 5.5% ਬੈਂਡ ਜਾਂ 50% ਦੇ ਨੇੜੇ ਤੇੜੇ 48-49, 50-51-52 ਦੋ ਸਾਲ ਦੇ ਗੈਪ ਵਾਲੇ ਨੂੰ ਟਰਾਈ ਕਰ ਲੈਣੀ ਚਾਹੀਦੀ ਹੈ, ਇਹ ਐਡ ਦੇ ਵਿੱਚ ਕੁਛ ਸੱਚਾਈ ਹੈਗੀ ਹੈ? ਬਿਲਕੁਲ ਸਰ, ਕਿਉਂਕਿ ਅਗਰ ਤੁਸੀਂ ਮੇਰੀ ਐਡ ਦੇਖਦੇ ਹੋ, ਮੇਰੇ ਕੁਛ ਸਟੂਡੈਂਟਸ ਦੇ ਇੰਟਰਵਿਊਜ਼ ਦੇਖਦੇ ਹੋ ਪਿਛਲੇ, ਤੁਸੀਂ ਵੇਖ ਸਕਦੇ ਹੋ ਕਿ ਉਹਦੇ ਵਿੱਚ ਜਿਹੜੇ ਐਪਲੀਕੈਂਟਸ ਹੈਗੇ ਨੇ ਉਹਨਾਂ ਦਾ 3 ਸਾਲ ਦਾ ਗੈਪ ਸੀਗਾ, ਪਰ ਗੈਪ ਦਾ ਮਤਲਬ ਇਹ ਨਹੀਂ ਕਿ 3 ਸਾਲ ਸਟੂਡੈਂਟ ਫ੍ਰੀ ਬੈਠਿਆ ਹੋਇਆ ਸੀ, ਉਹਨੇ ਜੋਬ ਕੀਤੀ ਸੀਗੀ, ਕੋਈ ਇਗਜ਼ਾਮ ਦੀ ਤਿਆਰੀ ਕੀਤੀ ਸੀਗੀ, ਉਹਦਾ ਕੋਈ ਰੋਲ ਨੰਬਰ ਹੋਏਗਾ, ਕੋਈ ਸਟੱਡੀ ਕੀਤੀ ਸੀ, ਕੋਈ ਕੋਰਸ ਡਿਪਲੋਮਾ ਕੀਤਾ ਸੀ, ਉਹ ਡਾਕੂਮੈਂਟ ਨਾਲ ਲਾਉਣਾ ਪੈਂਦਾ, ਜਿਵੇਂ ਕਿ ਕੋਈ ਸਟੂਡੈਂਟਸ ਨੇ ਜਿਨ੍ਹਾਂ ਨੇ ਤੁਹਾਨੂੰ ਵੀਜ਼ਾਸ ਦਿਖਾਏ ਗਏ ਨੇ ਕਿ 2-3 ਸਾਲ ਦਾ ਗੈਪ ਸੀਗਾ, ਜੋਬ ਕਰ ਰਹੇ ਸੀਗੇ ਅਤੇ ਵੀਜ਼ਾ ਆਇਆ, 5.5 ਬੈਂਡ ਸੀਗੇ, ਇਹਦੇ ਨਾਲ ਹੀ ਕੁਛ ਐਵੇਂ ਦੇ ਸਟੂਡੈਂਟਸ ਵੀ ਸੀਗੇ ਜਿਨ੍ਹਾਂ ਦੇ 2 ਸਾਲ ਦੀ ਰਿਫਿਊਜ਼ਲ ਸੀ ਜਾਂ 3 ਸਾਲ ਰਿਫਿਊਜ਼ ਤਿੰਨ ਵਾਰ ਰਿਫਿਊਜ਼ਲ ਸੀਗੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਨਰਲ ਕੈਟੇਗਰੀ ਵਿੱਚ ਅਪਲਾਈ ਕੀਤਾ ਅਤੇ ਵੀਜ਼ਾ ਆ ਗਿਆ, ਬਿਕਾਜ਼ ਰਿਫਿਊਜ਼ਲ ਅਗਰ ਪਹਿਲਾਂ ਆਈ ਹੋਈ ਹੈ ਤਾਂ ਉਹਦੇ ਨਾਲ ਕੋਈ ਐਵੇਂ ਦਾ ਇਫੈਕਟ ਨਹੀਂ ਪਏਗਾ ਵੀ ਹਾਂ ਤੁਹਾਡਾ ਕੇਸ ਵੀਕ ਹੈ, ਰਿਫਿਊਜ਼ਲ ਦਾ ਕਾਰਨ ਦੇਖਣਾ ਪਏਗਾ, ਕਾਰਨ ਕੀ ਹੈ, ਅਗਰ ਕੋਰਸ ਨੋਟ ਮੈਚ ਹੈ ਤਾਂ ਚੇਂਜ ਹੋ ਜਾਏਗਾ, ਅਗਰ ਤੁਹਾਡੀ ਫੰਡਸ ਤੋਂ ਰਿਲੇਟਡ ਹੈ ਤਾਂ ਫੰਡਸ ਤੁਸੀਂ ਆਪਣੇ ਹੋਰ ਦਿਖਾ ਸਕਦੇ ਹੋ, ਅਗਰ ਕਾਰਨ ਇਹ ਆਇਆ ਹੋ ਕੋਈ ਅਨਜਨਨ ਡਾਕੂਮੈਂਟ ਦਿਖਾਇਆ ਤਾਂ ਉਹਦੇ ਵਿੱਚ ਪ੍ਰੋਬਲਮ ਹੈ, ਅਗਰ ਰੀਜ਼ਨ ਆਇਆ ਕਿ ਤੁਸੀਂ ਇੰਡੀਆ ਵਾਪਸ ਨਹੀਂ ਆਓਗੇ, ਤੁਸੀਂ ਆਪਣੀ ਪ੍ਰੋਪਰਟੀ ਸ਼ੋਅ ਕਰ ਸਕਦੇ ਹੋ, ਬਿਜ਼ਨਸ ਸ਼ੋਅ ਕਰ ਸਕਦੇ ਹੋ, ਉਹਦੇ ਅਕੋਰਡਿੰਗ ਤੁਸੀਂ ਦੁਬਾਰਾ ਆਪਣਾ ਕੇਸ ਲਾ ਸਕਦੇ ਹੋ, ਅਤੇ ਇਹ ਸਾਰਾ ਕੁਝ ਵੇਖ ਕੇ ਦੇਖਣਾ ਪੈਂਦਾ ਕਿ ਤੁਸੀਂ ਜਨਰਲ ਕੈਟਾਗਰੀ ਦੇ ਵਿੱਚ ਤੁਹਾਡਾ ਕੇਸ ਕਿੰਨਾ ਕੁ ਸਟਰੋਂਗ ਹੈਗਾ। ਇੱਕ ਬੱਚੇ ਨੇ ਸਪੈਸ਼ਲੀ ਸਵਾਲ ਪੁੱਛਿਆ ਜੀ ਕਿ ਜਨਰਲ ਕੈਟਾਗਰੀ ਲਈ ਸਾਨੂੰ ਐਸੀ ਕੋਈ ਦਿੱਕਤ ਤਾਂ ਨਹੀਂ, ਕੋਈ ਐਸੇ ਕਾਲਜਾਂ ਦੇ ਵਿੱਚ ਤਾਂ ਨਹੀਂ ਭੇਜਿਆ ਜਾਂਦਾ ਜਿੱਥੇ ਜਾ ਕੇ ਸਾਨੂੰ ਰੁਜ਼ਗਾਰ ਨਾ ਮਿਲੇ ਜਾਂ ਬਰਫ਼ ਦਾ ਸਾਹਮਣਾ ਕਰਨਾ ਪਵੇ? ਕੈਨੇਡਾ ਇੱਕ ਐਵੇਂ ਦੀ ਕੰਟਰੀ ਹੈ ਜਿੱਥੇ ਅੱਜ ਤੱਕ ਇਹ ਰਿਕਾਰਡ ਹੈ ਕਿ ਅੱਜ ਤੱਕ ਕਦੇ ਐਵੇਂ ਨਹੀਂ ਹੋਇਆ ਕਿ ਕੋਈ ਕਾਲਜ ਬਲੈਕਲਿਸਟਡ ਹੋ ਗਿਆ ਹੋਏ। ਰਹੀ ਗੱਲ ਜਿਵੇਂ ਬਰਫ਼ ਦੀ ਤੁਸੀਂ ਗੱਲ ਕੀਤੀ, ਉਹ ਵੇਖਣਾ ਪਏਗਾ ਤੁਸੀਂ ਕਿੱਥੇ ਕਿਹੜੀ ਸਿਟੀ ਦੀ ਚੋਣ ਕਰ ਰਹੇ ਹੋ, ਮੈਨੀਟੋਬਾ ਜਾ ਰਹੇ ਹੋ, ਉਸ ਸਾਈਡ ਉੱਧਰਲੀ ਸਾਈਡਾਂ ਵਿੱਚ ਜਾ ਰਹੇ ਹੋ, ਕਿਸ ਸਾਈਡ ਤੁਸੀਂ ਅਪਲਾਈ ਕਰ ਰਹੇ ਹੋ ਉਹ ਵੇਖਣਾ ਪੈਂਦਾ, ਅਤੇ ਜਿਹੜਾ ਕਿ ਕਿਤੇ ਤਾਂ ਸਾਡਾ ਖੁਦ ਦਾ ਇਹ ਹੁੰਦਾ ਕਿ ਅਸੀਂ ਜਿਹੜੇ ਸਟੂਡੈਂਟ ਦਾ ਅਪਲਾਈ ਕਰ ਰਹੇ ਹਾਂ ਉਹਨੂੰ ਐਵੇਂ ਦੀ ਸਿਟੀ ਵਿੱਚ ਭੇਜੀਏ। ਹੋਰ ਵੀ ਚੀਜ਼ ਹੈ ਕਿ ਜਿਸ ਬੱਚੇ ਕੋਲ ਨੰਬਰ ਘੱਟ ਹੈ ਜਾਂ ਬੈਂਡ ਘੱਟ ਹੈ, ਚੁਆਇਸ ਆਪਣੀ ਕਰਨੀ ਨਾ, ਬਿਲਕੁਲ ਚੁਆਇਸ ਉਹ ਚੂਜ਼ ਹੀ ਨਹੀਂ ਹੋ ਸਕਦਾ। ਹਾਂਜੀ, ਬਟ ਸਾਡੇ ਵੱਲੋਂ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਐਪਲੀਕੈਂਟ ਸਾਡੇ ਵੱਲੋਂ ਜਾ ਰਿਹਾ ਉਦੋਂ ਉਵੇਂ ਦਾ ਕਾਲਜ ਪ੍ਰੋਵਾਈਡ ਕਰਕੇ ਦਿੱਤਾ ਜਾਏ ਜਿੱਥੇ ਉਹਨੂੰ ਗਵਰਨਮੈਂਟ ਰਿਕੋਗਨਾਈਜ਼ਡ ਕਾਲਜ ਹੋਏ, ਅਤੇ ਉਸ ਤੋਂ ਵਧੀਆ ਉੱਥੇ ਨਾਲ ਸਟੱਡੀ ਵੀ ਵਧੀਆ ਹੋਏ, ਪਲੱਸ ਉਹਨੂੰ ਅੱਗੇ ਜੋਬ ਆਪਸ਼ਨ ਵੀ ਵਧੀਆ ਮਿਲਣ। ਸਾਡੇ ਵੱਲੋਂ ਬਹੁਤ ਕੁਝ ਟੈਕਨੀਕਲ ਗੱਲਾਂ ਵੇਖੀਆਂ ਜਾਂਦੀਆਂ ਨੇ ਕਿ ਜਿਹੜਾ ਐਪਲੀਕੈਂਟ ਮੰਨ ਲਓ ਹੋਟਲ ਲਾਈਨ ਵਿੱਚ ਜਾ ਰਿਹਾ ਤਾਂ ਉਹਨੂੰ ਐਵੇਂ ਦੇ ਕਾਲਜ 'ਚ ਭੇਜੇ ਤੇ ਜਿੱਥੇ ਜਿਹੜਾ ਕਿ ਨੇੜੇ ਤੇੜੇ ਹੋਟਲਸ ਲਾਈਨ ਵੀ ਉਹਨਾਂ ਨੂੰ ਟ੍ਰੇਨਿੰਗਸ ਲੈ ਸਕੇ, ਉਹ ਆਪਣੀ 20 ਆਰ ਜਿਹੜੀ ਜੋਬ ਕਰਨੀ ਹੈ ਉਹ ਕਰ ਸਕੇ। ਅਗਰ ਕੋਈ ਐਪਲੀਕੈਂਟ ਮੈਡੀਕਲ ਲਾਈਨ ਤੋਂ ਰਿਲੇਟਡ ਜਾ ਰਿਹਾ ਤਾਂ ਉਹ ਵੀ ਕੁਝ ਐਵੇਂ ਦੀ ਫੈਸਿਲਿਟੀਜ਼ ਉਹਨੂੰ ਅਵੇਲੇਬਲ ਹੋਏ, ਬਿਕਾਜ਼ ਅੱਗੇ ਜਾ ਕੇ ਵੀ ਉਹਨੂੰ ਜਿਹੜਾ ਆਪਣਾ ਜੋਬ ਲੱਭਣਾ ਸੌਖਾ ਹੋ ਸਕੇ, ਅਤੇ ਨਾਲ ਨਾਲ ਜੋਬ ਦੇ ਨਾਲ ਨਾਲ ਕੰਮ ਜਿਹੜੀ ਸਟੱਡੀ ਕਰ ਸਕੇ। ਅਤੇ ਇਹਦੇ ਨਾਲ ਹੀ ਜਿਹੜੇ ਸਟੂਡੈਂਟਸ ਜਦੋਂ ਜਾਂਦੇ ਨੇ, ਜਿਵੇਂ ਕਿ ਪੈਨਲ ਪੁਲਸੀ ਅਗਰ ਮੈਂ ਗੱਲ ਕਰਦੀ ਹਾਂ, ਤਾਂ ਅਸੀਂ ਕੋਈ ਵੀ ਸੈਮੀਨਾਰਸ ਵਗੈਰਾ ਨਹੀਂ ਕਰਦੇ ਹਾਂ, ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਰਿਜ਼ਲਟ ਆ ਰਿਹਾ ਸਾਡਾ ਪੋਜ਼ਿਟਿਵ ਆ ਰਿਹਾ, ਉਹਨਾਂ ਸਟੂਡੈਂਟਸ ਦੇ ਲਿੰਕਸ, ਉਹਨਾਂ ਸਟੂਡੈਂਟ ਦੇ ਫਰੈਂਡਸ ਜਦੋਂ ਇੱਕ ਇੰਟਰਵਿਊਜ਼ ਦੇਖਦੇ ਨੇ ਸ਼ੋਅ ਦੇ ਵਿੱਚ ਕਿ ਹਾਂਜੀ ਇਸ ਸਿਟੀ ਤੋਂ ਗਏ ਨੇ, ਉਹਨਾਂ ਤੋਂ ਨਾ ਜਿਹੜੇ ਲੋਕ ਸਟੂਡੈਂਟਸ ਜਾਣਦੇ ਨੇ ਉਹ ਸਾਡੇ ਕੋਲ ਡਾਇਰੈਕਟ ਆਫਿਸ ਵਿੱਚ ਪਹੁੰਚਦੇ ਨੇ। ਅਤੇ ਮੈਂ ਕਹਾਂਗੀ ਸਟੂਡੈਂਟਸ ਨੂੰ ਜਿਹੜਾ ਕਿ ਅਵੇਅਰ ਕਰਨ ਲਈ ਸਭ ਜਿਹੜਾ ਹੈਗਾ ਉਹ ਪੋਜ਼ਿਟਿਵ ਰਿਜ਼ਲਟ ਹੈ ਕਿ ਜਦੋਂ ਰਿਜ਼ਲਟ ਆਉਂਦਾ ਤਾਂ ਉਹਨੂੰ ਵੇਖ ਕੇ ਐਪਲੀਕੈਂਟਸ ਆਉਂਦੇ ਨੇ। ਅੱਜ ਕਾਫੀ ਸਟੂਡੈਂਟਸ ਨੂੰ ਪਤਾ ਲੱਗ ਚੁੱਕਿਆ ਹੈ ਕਿ 5.5 ਨਾਲ ਵੀ ਵੀਜ਼ਾ ਆ ਸਕਦਾ ਹੈ ਕੈਨੇਡਾ ਦਾ। ਜਸਲੀਨ, ਯੂਰਪ ਵਾਲੇ ਬੱਚਿਆਂ ਦਾ ਪਹਿਲਾ ਔਰ ਬੜਾ ਵਧੀਆ ਵਾਜਬ ਸਵਾਲ ਹੈ, ਉਹਨਾਂ ਨੇ ਕਿਹਾ ਜੀ ਕਿ ਯੂਰਪ ਦੀ ਐਡ ਪੰਜਾਬ 'ਚ ਚੱਲਦੀ ਹੈ, ਸਾਡਾ ਮਤਲਬ ਹੁੰਦਾ ਕਿ ਸ਼ੈਨੇਗਨ ਜਾਣਾ ਜਾਂ ਯੂਰਪ ਜਾਣਾ, ਸਾਰਿਆਂ ਦੀ ਪੜ੍ਹਾਈ ਇੱਕੋ ਤਰ੍ਹਾਂ ਦੀ ਹੈ, ਸੇਮ ਜੇ ਰੂਲਸ ਨੇ, ਸੇਮ ਜਾਂ ਦੇਸ਼ ਹੈ, ਸੇਮ ਜਾਂ ਕਲਚਰ ਹੈ, ਇੱਕ ਤੋਂ ਦੂਜੇ ਦੇਸ਼ ਦੇ ਵਿੱਚ ਜਾ ਸਕਦੇ ਹਾਂ। ਸਾਨੂੰ ਕੋਈ ਐਸੇ ਕੰਟਰੀਜ਼ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕਿ ਕਿਸੇ ਯੂਰਪ ਦੇ ਵਿੱਚ ਵਿਦਆਊਟ ਇੰਟਰਵਿਊ ਅਸੀਂ ਜਿਹੜਾ ਹੈਗਾ ਸਕਸੈਸ ਹੋ ਸਕੀਏ। ਕਈ ਫੇਲਰ ਬੱਚਿਆਂ ਨੇ, ਰਿਜੈਕਟਡ ਬੱਚਿਆਂ ਨੇ ਸਵਾਲ ਪੁੱਛਿਆ, 8 ਤੋਂ 9 ਬੱਚਿਆਂ ਨੇ ਫੇਸਬੁੱਕ 'ਤੇ, ਕਿ ਅਸੀਂ ਕਈ ਕਈ ਵਾਰ ਮਤਲਬ ਜਿਹੜੀ ਸਕਸੈਸ ਸਟੋਰੀ ਕਰਨ ਵਾਸਤੇ ਤਿਆਰੀਆਂ ਕਰ ਚੁੱਕੇ ਹਾਂ,
ਜਾਂਦਾ ਕੰਸਲਟੈਂਟ ਨੂੰ, ਅਸੀਂ ਇਹ ਨਹੀਂ ਵੇਖਦੇ ਕਿ ਉਸ ਫੰਡਸ ਦੇ ਵਿੱਚ ਕੀ ਲਿਖਿਆ ਹੋਇਆ ਉਸ ਸਰਟੀਫਿਕੇਟ ਦੇ ਉੱਤੇ ਕਿ ਹਾਂਜੀ ਇੰਨਾ ਹੀ ਤੁਹਾਡੀ ਸਟੇਟਮੈਂਟ ਹੈਗੀ ਹੈ, ਤੁਸੀਂ ਇਹ ਵਿਖਾਇਆ ਫਾਦਰ ਦੇ ਨਾਮ 'ਤੇ, ਇੰਨੀ ਪੁਰਾਣੀ ਹੈ, ਜਾਂ ਫਿਰ ਇੱਕ ਹੋਰ ਡਾਕੂਮੈਂਟ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਤੁਹਾਡੀ ਸਟੱਡੀ ਹੈ, ਅੱਜ ਅਗਰ ਮੈਂ ਕਿਸੇ ਸਟੂਡੈਂਟ ਨੂੰ ਪੁੱਛ ਲੈਂਦੀ ਹਾਂ ਤੁਹਾਨੂੰ 10th ਦੇ ਵਿੱਚ ਮੈਥਸ ਵਿੱਚ ਕਿੰਨੇ ਮਾਰਕਸ ਸੀਗੇ, ਤਾਂ ਕਨਫਿਊਜ਼ ਰਹੇਗਾ, 2 ਮਿੰਟ ਸੋਚਣ ਲੱਗ ਜਾਏਗਾ ਕਿ ਹਾਂ ਕਿੰਨੇ ਸੀਗੇ, ਆ ਮੈਨੂੰ ਵੇਖਣਾ ਪਏਗਾ। ਅਗਰ ਮੈਂ ਵੀ ਅਗਰ ਆਪਣੀ ਗੱਲ ਕਰਦੀ ਹਾਂ, ਅਗਰ ਮੈਨੂੰ ਆਪਣੀ ਜਿਹੜੇ ਮਾਰਕਸ ਹੈ, ਕਿਸੇ ਵੀ ਸਟੂਡੈਂਟ ਨੂੰ ਆਪਣੇ ਮਾਰਕਸ ਹੈ ਲਾਸਟ 5 ਈਅਰ ਸਟੱਡੀ ਦੇ, ਹਰ ਕੋਈ ਜਿਹੜੇ ਮਾਰਕਸ ਟਿਪਸ ਵਿੱਚ ਕਈ ਵਾਰ ਨਹੀਂ ਹੁੰਦੇ ਨੇ, ਪਰ ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਸਟੂਡੈਂਟ ਨੂੰ ਉਸ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਇੱਕ ਐਪਲੀਕੈਂਟ ਜਦੋਂ ਅਪਲਾਈ ਕਰੇਗਾ ਪੋਲੈਂਡ ਦੇ ਲਈ ਅਪਲਾਈ ਕਰੇਗਾ, ਤਾਂ ਉਹਨੂੰ ਪਤਾ ਹੋਣਾ ਚਾਹੀਦਾ 10th ਦੇ ਜਦੋਂ ਕਿਹੜੇ ਸਬਜੈਕਟ 'ਚ ਕਿੰਨੇ ਮਾਰਕਸ ਸੀਗੇ, ਪਲੱਸ 2 ਵਿੱਚ ਕਿੰਨੇ ਮਾਰਕਸ ਸੀਗੇ, ਉਹਨੇ ਪਲੱਸ 2 ਦਾ ਜਿਹੜਾ ਡਿਪਲੋਮਾ ਕੀਤਾ ਕਿੱਥੋਂ ਕੀਤਾ ਸੀਗਾ, ਜਿਹੜਾ ਇੰਸਟੀਚਿਊਟ ਚੂਜ਼ ਕੀਤਾ ਸੀ ਉਹਦੇ ਬਾਰੇ ਪੁੱਛਿਆ ਜਾਏਗਾ ਵੀ ਕਿਉਂਕਿ ਉਹ ਜੈਨੂਇਨ ਸੀ ਕਿ ਨਹੀਂ ਸੀ, ਜਿਹੜਾ ਸਰਟੀਫਿਕੇਟ ਇਹਨਾਂ ਨੇ ਲਾਇਆ ਉਹ ਜੈਨੂਇਨ ਹੈ ਕਿ ਨਹੀਂ ਹੈ। ਉਸ ਤੋਂ ਇਲਾਵਾ ਇਹ ਸਵਾਲ ਪੁੱਛ ਰਿਹਾ ਸੀ ਕਿ ਜਦੋਂ ਇੰਟਰਵਿਊ ਲਈ ਜਾਂਦੀ ਹੈ ਉਹਦਾ ਮਤਲਬ ਇਹ ਹੁੰਦਾ ਕਿ ਬੱਚੇ ਨੂੰ ਪੁੱਛ ਲਈਏ ਕਿ ਜਿਹੜੇ ਡਾਕੂਮੈਂਟ ਲਾਏ ਉਹ ਸਹੀ ਨੇ, ਕੋਈ ਫਰੌਡ ਤਾਂ ਨਹੀਂ ਲਾਇਆ, ਫਰੌਡ ਤਾਂ ਨਹੀਂ ਲਾਇਆ, ਜਾਂ ਕਿਉਂਕਿ ਬੱਚਾ ਇਸ ਕਰਕੇ ਡਰਦਾ ਇੰਟਰਵਿਊ ਦੇਣ ਤੋਂ, ਫਰੌਡ ਡਾਕੂਮੈਂਟ ਤੋਂ ਨਹੀਂ ਡਰਦਾ, ਇੰਟਰਵਿਊ ਤੋਂ ਨਹੀਂ ਡਰਦਾ, ਉਹ ਡਰਦਾ ਕਿ ਜੋ ਮੈਨੂੰ ਸਵਾਲ ਪੁੱਛਣਗੇ ਮੈਨੂੰ ਸਮਝ ਨਹੀਂ ਆਣਾ, ਉਹਦਾ ਮੈਂ ਜਵਾਬ ਨਹੀਂ ਦੇ ਪਾਉਂਗਾ ਕਿਉਂਕਿ ਉਹ ਇੰਗਲਿਸ਼ 'ਚ ਹੋਣਗੇ, ਕਿ ਇੰਗਲਿਸ਼ ਚੈੱਕ ਕਰਨ ਵਾਸਤੇ ਇੰਟਰਵਿਊ ਹੈ ਜਾਂ ਡਾਕੂਮੈਂਟ ਚੈੱਕ ਕਰਨ ਵਾਸਤੇ। ਜਦੋਂ ਇੱਕ ਸਾਡੇ ਦਿਮਾਗ 'ਚ ਡਰ ਹੁੰਦਾ ਹੈ ਨਾ, ਉਸ ਟਾਈਮ 'ਤੇ ਜਦੋਂ ਸਾਨੂੰ ਕੁਝ ਪੁੱਛਿਆ ਜਾਂਦਾ ਹੈ ਤਾਂ ਆਟੋਮੈਟਿਕਲੀ ਸਾਨੂੰ 50% ਗੱਲ ਸਮਝ ਨਹੀਂ ਆਉਂਦੀ ਹੈ, ਅਤੇ ਇਸੇ ਤਰੀਕੇ ਨਾਲ ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਅਪਲਾਈ ਕਰਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈ ਉਹ ਵਧਾਇਆ ਜਾਏ, ਕਿਤੇ ਨਾ ਕਿਤੇ ਐਪਲੀਕੈਂਟ ਨੂੰ ਇੱਕ ਇੱਕ ਡਾਕੂਮੈਂਟ ਬਾਰੇ ਕੰਪਲੀਟਲੀ ਦੱਸਿਆ ਜਾਂਦਾ। ਜਦੋਂ ਉਹਦੀ ਫਾਈਲ ਐਮਬੈਸੀ ਦੇ ਵਿੱਚ ਜਾਂਦੀ ਹੈ ਤਾਂ ਉਹ ਕਾਫੀ ਹੱਦ ਤੱਕ ਪ੍ਰਿਪੇਅਰ ਹੋ ਚੁੱਕਿਆ ਹੁੰਦਾ, ਉਹਦੇ ਤਿਆਰੀ ਵੀ ਕਰਾਉਂਦੇ ਹੋ, ਪੁੱਛ ਕੇ ਵਾਰ ਵਾਰ ਬਿਲਕੁਲ ਉਹ ਚੀਜ਼ ਕੁਐਸਚਨ ਬਾਬਰ ਹੁੰਦੇ, ਤੁਸੀਂ ਕਿੰਨੇ ਫੰਡਸ ਦਿਖਾਏ ਨੇ, ਕਿਹਦੇ ਨਾਮ 'ਤੇ ਹੈਗੇ ਨੇ ਫੰਡਸ, ਕਿਹੜੇ ਬੈਂਕ ਤੁਸੀਂ ਕਰਵਾ ਰਹੇ ਹੋ, ਜਿਹੜੇ ਬੈਂਕ ਮੈਨੇਜਰ ਨੇ ਉਹਨਾਂ ਦੇ ਡਾਇਰੈਕਟ ਹੈਗੇ ਨੇ ਜਿਵੇਂ ਤੁਸੀਂ ਅਪਲਾਈ ਕਰਵਾਇਆ, ਜਾਂ ਜਿਹੜੇ ਕਿਸ ਮੈਨੇਜਰ ਦੇ ਸਾਈਨ ਹੋਏ ਨੇ, ਤੁਸੀਂ ਆਪਣਾ ਕਿੱਥੇ ਬ੍ਰਾਂਚ ਸੀਗੀ ਤੁਹਾਡੀ, ਤੁਸੀਂ ਜਿਹੜਾ ਕੰਪਿਊਟਰ ਸਰਟੀਫਿਕੇਟ ਲਾਇਆ ਉਹਦਾ MD ਕੌਣ ਹੈਗਾ, ਕਿੰਨੇ ਸਾਲ ਦਾ ਕੋਰਸ ਕੀਤਾ ਸੀਗਾ, ਇਹ ਕਿੰਨੇ ਟਾਈਮ ਤੋਂ ਕੀਤਾ ਸੀ, ਕਲਾਸਿਸ ਦਾ ਟਾਈਮ ਕੀ ਹੁੰਦਾ ਸੀ ਉੱਥੇ, ਤੇ ਗੱਲਾਂ ਪੁੱਛੀਆਂ ਜਾਂਦੀਆਂ ਨੇ ਜਿਹੜੀ ਕਿ ਬੱਚੇ ਦੀ ਆਟੋਮੈਟਿਕਲੀ ਪ੍ਰਿਪਰੇਸ਼ਨ ਹੋ ਜਾਂਦੀ ਹੈ। ਜਸਲੀਨ ਜਦੋਂ ਵੀਜ਼ਾ ਲੱਗ ਜਾਂਦਾ, ਹਾਂਜੀ ਹੁਣ ਉਹਨਾਂ ਦੇ ਬੱਚਿਆਂ ਦੀ ਗੱਲ ਕਰ ਲਈਏ, ਜਦੋਂ ਵੀਜ਼ਾ ਲੱਗ ਜਾਂਦਾ ਕੀ ਇਮੀਗ੍ਰੇਸ਼ਨ ਏਅਰਪੋਰਟ ਦੇ ਉੱਪਰ ਵੀ ਬੱਚੇ ਨੂੰ ਪਰੇਸ਼ਾਨ ਕਰ ਸਕਦੀ ਹੈ? ਨਹੀਂ, ਪਰੇਸ਼ਾਨ ਨਹੀਂ ਕਰੇਗੀ, ਤੁਸੀਂ ਕਿਤੇ ਵੀ ਕਿਸੇ ਵੀ ਕੰਟਰੀ ਵਿੱਚ ਜਾ ਰਹੇ ਹੋ, ਤੁਹਾਡਾ ਵੀਜ਼ਾ ਲੱਗ ਰਿਹਾ ਤਾਂ ਇੱਕ ਉਹਨਾਂ ਦੀ ਆਪਣੀ ਸਿਕਿਉਰਿਟੀ ਸਿਸਟਮ ਲਈ ਹੈ ਕਿ ਉਹ ਸਾਰੀ ਡਿਟੇਲ ਬੱਚੇ ਦੀ ਪ੍ਰੋਵਾਈਡ ਕਰਦੇ ਕਿ ਬੱਚਾ ਸਟੱਡੀ ਕਰਨ ਲਈ ਜਾ ਰਿਹਾ, ਜਾਂ ਕੋਈ ਸਟੂਡੈਂਟ ਜਿਹੜਾ ਕਿ ਆਪਣਾ ਸਟੂਡੈਂਟ ਹੀ ਹੈ, ਜਾਂ ਫਿਰ ਕੋਈ ਵਰਕ ਪਰਮਿਟ ਤਾਂ ਨਹੀਂ ਜਾ ਰਿਹਾ, ਇਸ ਤਰੀਕੇ ਨਾਲ ਹੁੰਦਾ ਤਾਂ ਉਹ ਆਫਰ ਲੈਟਰ ਤੁਹਾਡੀ ਚੈੱਕ ਕਰਦੇ ਨੇ ਜਿਹੜੀ ਤੁਹਾਡੇ ਕੋਲ ਹੁੰਦੀ ਹੈ, ਪਾਸਪੋਰਟ ਓਰੀਜਨਲ ਡਾਕੂਮੈਂਟ, ਬਿਲਕੁਲ ਬਿਲਕੁਲ ਉਹ ਡਾਕੂਮੈਂਟੇਸ਼ਨ ਤੁਹਾਡੇ ਕੋਲ ਹੁੰਦੇ ਨੇ, ਕਾਲਜ ਦਾ ਨਾਮ ਹੁੰਦਾ, ਇਮੀਗ੍ਰੇਸ਼ਨ ਨੂੰ ਕੋਈ ਪ੍ਰੋਬਲਮ ਹੈ ਕਾਲਜ ਨਾਲ ਡਿਸਕਸ ਕਰ ਸਕਦੀ ਉਸ ਟਾਈਮ ਤੱਕ, ਉਹਨਾਂ ਨੂੰ ਕਾਫੀ ਹੱਦ ਤੱਕ ਉਹਨਾਂ ਦਾ ਰਿਕਾਰਡ ਹੁੰਦਾ, ਇਹ ਜਿਹੜੀ ਡਿਟੇਲਸ ਹੈਗੀਆਂ ਨੇ, ਤਾਂ ਸਿਕਿਉਰਿਟੀ ਲਈ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾ ਰਹੇ ਹੋ, ਕਿੰਨੇ ਟਾਈਮ ਦਾ ਵੀਜ਼ਾ ਲੱਗ ਜਾਏਗਾ? ਵੀਜ਼ਾ ਤੁਹਾਡੇ ਕੋਰਸ, ਜਿੰਨੇ ਸਾਲ ਦਾ ਕੋਰਸ ਹੈ ਉਹਨੇ ਸਾਲ ਦਾ ਵੀਜ਼ਾ ਲੱਗੇਗਾ, ਵੀਜ਼ਾ ਲੱਗਣ ਜਿਹੜਾ ਤੁਹਾਡਾ ਸਟੱਡੀ ਹੈ ਕੰਪਲੀਟ ਹੋ ਜਾਂਦੀ ਹੈ, ਕਿਸੇ ਵੀ ਕੰਟਰੀ ਵਿੱਚ ਤੁਸੀਂ ਜਾਂਦੇ ਹੋ, ਜਿਵੇਂ ਕਹਿੰਦੇ ਕਿ 2 ਸਾਲ ਦੀ ਸਟੱਡੀ ਹੈ ਤਾਂ ਉਸ ਦਾ 2 ਸਾਲ ਦਾ ਵਰਕ ਪਰਮਿਟ ਹੈ, 3 ਸਾਲ ਦਾ ਵਰਕ ਪਰਮਿਟ ਹੈ, ਜੋ ਟਾਈਮ ਹੈਗਾ ਵਰਕ ਪਰਮਿਟ ਦਾ ਉਹ ਤੁਹਾਡੀ ਸਟੱਡੀ ਕਲੀਅਰ ਹੋਣ ਤੋਂ ਬਾਅਦ ਵੀਜ਼ਾ ਲੱਗਦਾ, ਤੁਸੀਂ ਪਹਿਲਾਂ ਸਟੱਡੀ ਕਲੀਅਰ ਕਰਦੇ ਹੋ, ਨੈਕਸਟ ਤੁਹਾਨੂੰ ਜਿਹੜਾ ਵੀਜ਼ਾ ਹੈਗਾ ਉਹ ਸਟੱਡੀ ਕਲੀਅਰ ਕਰਨ ਤੋਂ ਬਾਅਦ ਤੁਹਾਨੂੰ ਮਿਲੇਗਾ, ਐਕਸਟੈਂਡ ਹੋਏਗਾ ਜੀ, ਬਿਲਕੁਲ ਐਕਸਟੈਂਡ ਹੋਏਗਾ। ਔਰ ਇਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਕਿ ਪੋਲੈਂਡ ਜਾਂ ਦੀ ਗੱਲ ਕਰ ਰਹੇ ਹੋ, ਯੂਰੋਪ ਵਿੱਚ ਤੁਸੀਂ ਸ਼ੈਨਗਨ ਕੰਟਰੀ 'ਚ ਕਿਤੇ ਵੀ ਜਾਂਦੇ ਹੋ, ਕਿਸੇ ਵੀ ਵੀਜ਼ੇ ਤੋਂ ਜਾਂਦੇ ਹੋ, ਤੁਹਾਨੂੰ ਉੱਥੇ PR ਅਪਲਾਈ ਕਰਨ ਲਈ 5 ਈਅਰ ਉਸ ਕੰਟਰੀ ਵਿੱਚ ਸਟੇ ਕਰਨਾ ਪੈਂਦਾ, 5 ਸਾਲ ਤੁਸੀਂ ਉਸ ਕੰਟਰੀ ਵਿੱਚ ਸਟੇ ਕਰੋਗੇ, ਉਸ ਤੋਂ ਬਾਅਦ ਤੁਸੀਂ PR ਅਪਲਾਈ ਕਰਨ ਲਈ ਐਲੀਜੀਬਲ ਹੋ ਜਾਂਦੇ ਹੋ। ਉਹਨਾਂ ਦਾ ਇੱਕ ਟਾਈਮ ਪੀਰੀਅਡ ਹੈ 5 ਈਅਰ, ਉਹ ਜਿਹੜਾ ਕਿ ਤੁਸੀਂ ਆਪਣਾ 2 ਈਅਰ ਸਟੱਡੀ ਕਰ ਲਈ, ਫਿਰ ਅੱਗੇ 2 ਸਾਲ ਵਰਕ ਪਰਮਿਟ ਲੈ ਲਿਆ, ਤੁਸੀਂ ਅੱਗੇ ਉਸ ਵਰਕ ਪਰਮਿਟ ਨੂੰ ਵਧਾ ਲਿਆ, ਉਸ ਤੋਂ ਤੁਸੀਂ PR ਅਪਲਾਈ ਕਰਦੇ ਹੋ 5 ਈਅਰ ਦੇ ਵਿੱਚ। ਪਲਾਨਟ ਬੁਲਸ ਦੇ ਕੁਝ ਵਿਦਿਆਰਥੀ ਜਿਨ੍ਹਾਂ ਦਾ ਵੀਜ਼ਾ ਲੱਗਿਆ, ਇਹਨਾਂ ਦੇ ਰਾਹੀਂ ਉਹ ਆਪਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਨਗੇ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਅਸੀਂ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਗਵੀਰ ਸਿੰਘ, ਡਿਸਟ੍ਰਿਕਟ ਲੁਧਿਆਣਾ। ਮੈਂ ਪਲੈਨਟ ਸਕੂਲ ਦੀ TV ਉੱਤੇ ਐਡ ਦੇਖੀ ਤੀ ਅਤੇ ਮੈਨੂੰ ਇਸ ਜਾਣ ਕੇ ਬਹੁਤ ਖੁਸ਼ੀ ਹੋਈ ਕਿ 5.5 ਬੈਂਡ 'ਤੇ ਵੀਜ਼ਾ ਲਾ ਰਹੇ ਨੇ। ਮੈਂ ਪਹਿਲਾਂ ਹੀ ਬਹੁਤ ਸਾਰੇ ਕੰਸਲਟੈਂਟ ਕੋਲ ਗਿਆ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਥੋੜ੍ਹਾ ਵੀਜ਼ਾ ਨਹੀਂ ਲੱਗ ਸਕਦਾ, ਅਤੇ ਮੈਂ ਆਪਣੇ ਪੇਰੈਂਟਸ ਨੂੰ ਇਸ ਬਾਰੇ ਦੱਸਿਆ ਅਤੇ ਉਹਨਾਂ ਨੇ ਕਿਹਾ, ਉਹਨਾਂ ਨੇ ਮੈਨੂੰ ਪੂਰੀ ਹੈਲਪ ਦਿੱਤੀ ਅਤੇ ਮੈਂ ਫਿਰ ਪਲੈਨਟ ਸਕੂਲ ਨੂੰ ਸਾਰੀਆਂ ਆਪਣੇ ਡਾਕੂਮੈਂਟ ਫਾਈਲਸ ਦੇਤੀਆਂ ਸੀਗੀਆਂ ਅਤੇ ਅੱਜ ਮੈਂ ਉਰੇ ਬਹੁਤ ਹੀ ਖੁਸ਼ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ ਪਾਸਪੋਰਟ 'ਤੇ ਮੇਰਾ ਵੀਜ਼ਾ ਲੱਗਿਆ ਹੋਇਆ। ਜੋ ਵੀ ਦੋਸਤ ਮੇਰੇ ਚਾਹੁੰਦੇ ਨੇ ਕਿ ਉਹਨਾਂ ਦਾ ਵੀਜ਼ਾ 5.5 ਬੈਂਡ 'ਤੇ ਲੱਗੇ, ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪਲੈਨਟ ਸਕੂਲ ਕੋਲ ਆ ਕੇ ਆਪਣਾ ਸਾਰੇ ਡਾਕੂਮੈਂਟ ਦੇ ਕੇ ਇਹਨਾਂ ਤੋਂ ਆਪਣਾ ਵੀਜ਼ਾ ਲਗਾ ਸਕਦੇ ਹੋ। ਅਤੇ ਅੱਜ ਮੇਰੇ ਨਾਲ ਪੇਰੈਂਟਸ ਕਰ ਰਹੇ ਨੇ ਜੋ ਕਿ ਮੇਰੇ ਨਾਲ ਬਹੁਤ
ਮੇਰਾ ਆਈਲੈਟਸ ਵਿੱਚ 5.5 ਸਕੋਰ ਸੀ, ਜਿਸ ਕਾਰਨ ਮੈਂ ਕੈਨੇਡਾ ਲਈ ਅਪਲਾਈ ਨਹੀਂ ਕਰ ਸਕਦਾ ਸੀ। ਇੱਕ ਦਿਨ ਮੈਂ ਟੀਵੀ ਤੇ ਪਲੈਨਟ ਬੁਲ ਵਾਲਿਆਂ ਦੀ ਐਡ ਦੇਖੀ, ਜਿਸ ਵਿੱਚ ਮੈਂ ਉਹਨਾਂ ਦਾ ਫੋਨ ਨੰਬਰ ਆਪਣੇ ਫੋਨ ਵਿੱਚ ਸੇਵ ਕਰ ਲਿਆ ਤੇ ਅਗਲੇ ਦਿਨ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ। ਫਿਰ ਅਗਲੇ ਦਿਨ ਮੈਂ ਆਪਣੇ ਪੇਰੈਂਟਸ ਦੇ ਨਾਲ ਉੱਥੇ ਵਿਜ਼ਿਟ ਕੀਤਾ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਜਿਸ ਕਾਰਨ ਅੱਜ ਮੇਰਾ ਵੀਜ਼ਾ ਆ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਮੇਰਾ ਵੀਜ਼ਾ। ਮੈਂ ਤਾਂ ਇਹਨਾਂ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਵੀ 5.5 ਤੇ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ। ਮਾਈ ਨੇਮ ਇਜ਼ ਸੁਖਵੀਰ ਸਿੰਘ, ਆਈ ਬਿਲੋਂਗ ਟੂ ਜਗਰਾਉਂ ਜੀ। ਮੈਂ ਪਲੈਨਟ ਸਪੂਲ ਵਾਲਿਆਂ ਦੀ ਐਡ ਦੇਖੀ ਸੀ ਟੀਵੀ ਤੇ, ਤੇ ਮੈਂ ਆਪਦੇ ਫਰੈਂਡਸ ਤੋਂ ਵੀ ਕਈਆਂ ਤੋਂ ਪੁੱਛਿਆ ਸੀਗਾ ਕਿ ਮੈਂ ਫਾਈਲ ਲਵਾਉਣੀ ਆ, ਪਰ ਉਹਨਾਂ ਨੇ ਕਿਹਾ ਕਿ ਤੇਰੀ ਫਾਈਲ ਲੱਗਣੀ ਨਹੀਂ 5.5 ਬੈਂਡ ਤੇ। ਪਰ ਮੈਂ ਪਲੈਨਟ ਸਪੂਲ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਮੈਂ ਫੈਮਿਲੀ ਨਾਲ ਉਹਨਾਂ ਕੋਲ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਕੀ ਡਾਕੂਮੈਂਟ ਚਾਹੀਦੇ ਆ ਕਿ ਤੇਰਾ ਲੱਗ ਸਕਦਾ ਵਾ। ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ 99% ਪੱਕਾ ਕਿ ਵੀਜ਼ਾ ਆਊਗਾ। ਅਤੇ ਜੀ ਮੇਰਾ 2 ਸਾਲ ਦਾ ਗੈਪ ਵੀ ਸੀਗਾ, ਅਤੇ ਪਰ ਜੀ ਮੇਰੀ ਫਾਈਲ ਸਟਰੋਂਗ ਹੋਣ ਕਰਕੇ ਜੀ ਮੇਰਾ ਵੀਜ਼ਾ ਆ ਗਿਆ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸਪੀ ਕੌਰ ਗਿੱਲ ਫਰੋਮ ਮੁੱਲਾਪੁਰ। ਮੈਂ ਪਲੈਨਬੁਲਸ ਦੀ ਟੀਵੀ ਵਿੱਚ ਐਡ ਦੇਖੀ ਅਤੇ ਫਿਰ ਮੈਂ ਇੱਥੇ ਵਿਜ਼ਿਟ ਕੀਤਾ ਕਿਉਂਕਿ ਮੇਰੇ ਮਨ ਵਿੱਚ ਕਿਤੇ ਨਾ ਕਿਤੇ ਡਾਊਟ ਸੀ ਕਿ 5.5 ਨਾਲ ਵੀਜ਼ਾ ਲੱਗਣਾ ਥੋੜ੍ਹਾ ਮੁਸ਼ਕਿਲ ਹੈ। ਬਟ ਇਹਨਾਂ ਨੇ ਮੈਨੂੰ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕੀਤੀ ਅਤੇ ਅੱਜ ਮੇਰਾ ਵੀਜ਼ਾ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਹੈ। ਅਤੇ ਇਹਨਾਂ ਦਾ ਸਟਾਫ ਨੇ ਬਹੁਤ ਕੋਆਪਰੇਟ ਕੀਤਾ ਮੇਰੇ ਨਾਲ ਅਤੇ ਮੈਨੂੰ ਵਧੀਆ ਕੋਰਸ ਦੀ ਸਿਲੈਕਸ਼ਨ ਐਂਡ ਕਾਲਜ ਦੀ ਸਿਲੈਕਸ਼ਨ ਕਰਕੇ ਦਿੱਤੀ। ਥੈਂਕ ਯੂ। ਮੇਰਾ ਨਾਮ ਮਨਜਿੱਤਰ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਟੀਵੀ 'ਤੇ ਸ਼ੋਅ ਦੇਖਿਆ ਪਲੈਨਟ ਸਪੂਲ ਦਾ, ਦੈਨ ਮੈਂ ਮੈਮ ਨਾਲ ਕੰਟੈਕਟ ਕੀਤਾ ਐਂਡ ਮੈਮ ਨੇ ਮੈਨੂੰ ਗਾਈਡ ਕੀਤਾ ਤੁਸੀਂ ਸਿੰਗਾਪੁਰ ਲਈ ਵਿਜੀਬਲ ਹੈਗੇ ਬਿਕੋਜ਼ ਮਾਈ 2 ਈਅਰ ਗੈਪ ਇਨ ਸਟੱਡੀ। ਫਿਰ ਮੈਮ ਨੇ ਦੱਸਿਆ ਵੀ ਸਿੰਗਾਪੁਰ ਦੇ ਵਿੱਚ ਕੈਬ ਸੈਟੇਬਲ ਹੈਗਾ ਵਾ, ਦੈਨ ਮੈਂ ਜੀ ਅਪਲਾਈ ਕੀਤਾ ਸਿੰਗਾਪੁਰ ਲਈ, ਦੈਨ ਆਈ ਗੋਟ ਦਾ ਵੀਜ਼ਾ। ਅੱਜ ਮੈਂ ਬਹੁਤ ਖੁਸ਼ ਹਾਂ ਬਿਕੋਜ਼ ਮੇਰਾ ਵੀਜ਼ਾ ਆ ਚੁੱਕਾ ਹੈ। ਬੱਚਿਆਂ ਡਿਮਾਂਡ ਜ਼ਿਆਦਾ ਜਾਂ ਤੁਹਾਡੀ ਐਕਸਪਰਟੀਜ਼ ਜ਼ਿਆਦਾ? ਐਸਪੀਪੀ ਵੀ ਅਸੀਂ ਕਰ ਰਹੇ ਹਾਂ, ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਦੇ ਵਿੱਚ ਵੀ ਅਪਲਾਈ ਹੋ ਰਿਹਾ। 2009 ਦੇ ਵਿੱਚ ਤੋਂ ਜਿਹੜੇ 2008 ਤੋਂ ਬੱਚੇ ਜਿਹੜੇ ਐਸਪੀਪੀ ਦੇ ਵਿੱਚ ਅਪਲਾਈ ਕਰ ਰਹੇ ਨੇ, ਤੇ ਇਹਦੇ ਵਿੱਚ ਕੀ ਹੈ ਕਿ ਉਸ ਤੋਂ ਪਹਿਲਾਂ ਵੀ ਜਨਰਲ ਕੈਟੇਗਰੀ ਸੀ ਤੇ ਉਸ ਤੋਂ ਪਹਿਲਾਂ ਵੀ ਪਲੈਨਟ ਬੁਲ ਜਨਰਲ ਕੈਟੇਗਰੀ ਦੇ ਵਿੱਚ ਅਪਲਾਈ ਕਰ ਰਿਹਾ ਸੀਗਾ। ਤੇ ਇਹਦੇ ਨਾਲ ਹੀ ਜਿਹੜੇ ਕਿ ਅਸੀਂ ਅਗਰ ਆਪਣਾ ਐਕਸਪੀਰੀਅੰਸ ਵੇਖਦੇ ਹਾਂ ਜਨਰਲ ਕੈਟੇਗਰੀਜ਼ ਦੇ ਵਿੱਚ, ਕਾਫੀ ਟਾਈਮ ਤੋਂ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਇਹਦੇ ਨਾਲ ਹੀ ਸਟੂਡੈਂਟਸ ਜਦੋਂ ਸਾਡੇ ਕੋਲ ਆਉਂਦੇ ਅਸੀਂ ਵੇਖਦੇ ਕਿ ਬੱਚੇ ਦੀ ਐਲੀਜੀਬਿਲਟੀ ਕਿੱਥੇ ਬਣ ਰਹੀ ਹੈ। ਅਗਰ ਐਸਪੀਪੀ ਦੇ ਵਿੱਚ ਬਣ ਰਹੀ ਤਾਂ ਐਸਪੀਪੀ ਦੇ ਵਿੱਚ ਅਪਲਾਈ ਕੀਤਾ ਜਾਂਦਾ, ਅਗਰ ਜਨਰਲ ਦੇ ਵਿੱਚ ਬਣ ਰਹੀ ਤਾਂ ਜਨਰਲ ਦੇ ਵਿੱਚ ਅਪਲਾਈ ਕੀਤਾ ਜਾਂਦਾ। ਕਿਤੇ ਨਾ ਕਿਤੇ ਇੱਕ ਦੇਖਣਾ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਸਾਨੂੰ ਲੱਗਦਾ ਕਿ ਜਿਹੜੇ ਬੱਚਿਆਂ ਦੇ 5.5 ਬੈਂਡ ਨੇ ਜਿਹੜੇ ਨਿਰਾਸ਼ ਨੇ, ਉਹਨਾਂ ਬੱਚਿਆਂ ਦਾ ਅਪਲਾਈ ਕੀਤਾ ਜਾਏ ਕਿਉਂਕਿ ਜੋ ਜਨਰਲ ਕੈਟੇਗਰੀ ਹੈ ਉਹ ਤੁਹਾਨੂੰ ਵੀਜ਼ਾ ਦੇਣਾ ਚਾਹੁੰਦੀ ਹੈ। ਇੰਬੈਸੀ ਨੇ ਅਗਰ 2 ਕੈਟੇਗਰੀਜ਼ ਕੱਢੀਆਂ ਨੇ ਤਾਂ ਉਹਦਾ ਰੀਜ਼ਨ ਇਹ ਹੈ ਕਿ ਦੋਨੋਂ ਕੈਟੇਗਰੀਜ਼ ਵਿੱਚ ਵੀਜ਼ਾ ਦੇਣਾ ਚਾਹੁੰਦੇ ਨੇ, ਪਰ ਬੱਚੇ ਦੇ ਡਾਕੂਮੈਂਟਸ ਉਸ ਅਕੋਰਡਿੰਗ ਹੋਏ। ਕੁਛ ਐਪਲੀਕੈਂਟ ਜਿਹੜੇ ਕਿ ਜੋ ਬੜਾ ਖੁਸ਼ੀ ਹੋਈ ਸੀ ਉਹਨਾਂ ਦੇ ਵੀਜ਼ਾ ਆਉਣ ਤੋਂ ਬਾਅਦ, ਜਿਹੜੇ ਕਿ ਜਿਹਨਾਂ ਨੂੰ ਬਹੁਤ ਜ਼ਿਆਦਾ ਡਾਊਟ ਸੀਗਾ ਕਿ ਮੈਮ ਸਾਨੂੰ ਕੁਛ ਕੰਸਲਟੈਂਟਸ ਨੇ ਐਵੇਂ ਕਹਿ ਦਿੱਤਾ ਕਿ ਹਾਂਜੀ ਵੀਜ਼ਾ ਲੱਗ ਹੀ ਨਹੀਂ ਸਕਦਾ, ਜਾਂ ਫਿਰ ਕੁਛ ਸਾਡੇ ਫਰੈਂਡਸ ਕਹਿ ਰਹੇ ਨੇ ਕਿ ਹਾਂਜੀ ਨੈਗੇਟਿਵ ਫੀਡਬੈਕ ਦੇ ਰਹੇ ਨੇ, ਜਦੋਂ ਬੱਚਿਆਂ ਦਾ ਵੀਜ਼ਾ ਆਏ ਉਹਨਾਂ ਨੂੰ ਉਹਨਾਂ ਜਿਹੜਾ ਵਿਸ਼ਵਾਸ ਜਿਹੜਾ ਉਹਨਾਂ ਜਿਹੜਾ ਸੀਗਾ ਸਾਡੇ 'ਤੇ, ਉਹ ਚੀਜ਼ ਵੇਖ ਕੇ ਬੜੀ ਖੁਸ਼ੀ ਹੋਈ ਸੀ। ਕਿਤੇ ਕਿਤੇ ਮੈਂ ਇਹ ਵੀ ਗੱਲ ਕਹਿੰਦੀ ਹਾਂ, ਜੋ ਵੀ ਸਟੂਡੈਂਟਸ ਮੈਨੂੰ ਮਿਲ ਕੇ ਗਏ ਨੇ, ਅਸੀਂ ਮਿਲੇ ਨੇ ਜਿਨ੍ਹਾਂ ਸਟੂਡੈਂਟਸ ਨੂੰ ਮੇਰੀ ਟੀਮ ਮਿਲੀ ਹੈ, ਅਸੀਂ ਹਮੇਸ਼ਾ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਕੰਸਲਟੈਂਟ ਹਾਂ, ਅਸੀਂ ਤੁਹਾਡੀ ਫਾਈਲ ਐਕੂਰੇਟ ਲਾ ਸਕਦੇ ਹਾਂ। ਫਿਰ ਵੀ ਵੀਜ਼ਾ ਦੇਣਾ ਜਾਂ ਨਾ ਦੇਣਾ 1% ਇੰਬੈਸੀ ਦੇ ਹੱਥ ਵਿੱਚ ਹੈਗਾ। ਜਸਲੀਨ ਸਮਾਂ ਨਹੀਂ ਅਲਾਓ ਕਰ ਰਿਹਾ, ਓਵਰ ਹੋ ਗਿਆ, ਇੱਕ ਸਵਾਲ ਪੁੱਛੂਗਾ, ਜਿਹਦੇ 5 ਜਾਂ 6 ਬੈਂਡ ਹੈ ਉਹਨੂੰ ਕੋਈ ਬੈਨੀਫਿਟ ਹੁੰਦਾ ਯੂਰਪ ਦੇ ਵਿੱਚ? ਬਿਲਕੁਲ ਬਿਲਕੁਲ, ਤੁਸੀਂ ਆਈਲੈਟਸ ਕਰਕੇ ਜਾ ਰਹੇ ਹੋ ਤਾਂ ਇੰਗਲਿਸ਼ ਤੁਹਾਡੀ ਵਧੀਆ, ਇਹਦਾ ਮਤਲਬ ਸਟੱਡੀ ਵੀ ਤੁਹਾਡੀ ਇੰਗਲਿਸ਼ ਦੇ ਵਿੱਚ ਆ, ਤੁਸੀਂ ਆਈਲੈਟਸ ਨਾਲ ਲਾ ਰਹੇ ਹੋ ਤਾਂ ਪਲੱਸ ਪੁਆਇੰਟ ਹੀ ਹੈ। ਕਿਤੇ ਵੀ ਕੋਈ ਡਾਕੂਮੈਂਟ ਅਗਰ ਤੁਸੀਂ ਹੋਰ ਆਪਣੀ ਜਿਹੜੀ ਕਿ ਸਟੱਡੀ ਐਜੂਕੇਸ਼ਨ ਤੋਂ ਰਿਲੇਟਡ ਲਾ ਰਹੇ ਹੋ, ਅਗਰ ਉਹ ਪਰਸੈਂਟੇਜ ਵਧੀਆ ਹੈਗੀ ਹੈ, ਆਈਲੈਟਸ ਵਧੀਆ ਹੈਗੀ ਹੈ, ਤਾਂ ਉਹਦੇ ਨਾਲ ਤੁਹਾਨੂੰ ਰਿਸਪੌਂਸ ਹੋਰ ਵਧੀਆ ਆਏਗਾ ਤੇ ਕਿਤੇ ਕਿਤੇ ਤੁਹਾਡੀ ਫਾਈਲ ਸਟਰੋਂਗ ਹੋਏਗੀ। ਥੈਂਕ ਯੂ ਜਸਲੀਨ, ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ, ਔਰ ਦਰਸ਼ਕਾਂ ਦਾ ਵੀ ਸ਼ੁਕਰੀਆ। ਕੱਲ੍ਹ ਨੂੰ ਰਿਪੀਟ ਟੈਲੀਕਾਸਟ ਦੇ ਵਿੱਚ ਮਿਲਾਂਗੇ, ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦੇ ਧੰਨਵਾਦ।